ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਮੋਗੇ ਅਤੇ ਤੁਹਾਡੇ ਆਪਣੇ ਪੀਐਸਟੈਟ ਜਾਂ ਸੀਟੈਟ ਦੇ ਪੇਪਰ ਦੀ ਤਿਆਰੀ ਵਧੀਆ ਜਾ ਰਹੀ ਹੋਵੇਗੀ ਸੋ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਮੈਥ ਨੂੰ ਕੰਟੀਨਿਊ ਕਰਾਂਗੇ ਇਹ ਸਾਡਾ ਮੈਥਮੈਟਿਕਸ ਦਾ ਨੌਵਾਂ ਪਾਰਟ ਹੋਏਗਾ ਜੀ ਇਸ ਤੋਂ ਪਹਿਲਾਂ 8 ਪਾਰਟ ਅਸੀਂ ਮੈਥਮੈਟਿਕਸ ਦੇ ਕਰ ਚੁੱਕੇ ਹਾਂ ਪੇਪਰ 1 ਦੇ ਲਈ ਅਗਰ ਮੈਂ ਪੀਐਸਟੈਟ ਦੀ ਗੱਲ ਕਰਾਂ ਜਾਂ ਸੀਟੈਟ ਦੀ ਗੱਲ ਕਰਾਂ ਸੋ ਇਹਦੇ ਵਿੱਚ ਅਸੀਂ ਡਿਸਕਸ ਕਰਨਾ ਜੀ ਪਰਸੈਂਟੇਜ ਤੋ ਅਗਰ ਤੁਸੀਂ ਪਹਿਲਾਂ ਵਾਲੇ ਜੋ 8 파ਟ ਸੀ ਕਵਰ ਕਰ ਚੁੱਕੇ ਆ ਉਹ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਲਿੰਕ ਆ ਰਿਹਾ ਹੋਏਗਾ ਉਹ 파ਟ ਤੁਸੀਂ ਉੱਥੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਸੀਡੀਪੀ ਇੰਗਲਿਸ਼ ਪੈਡਾਗੋਜੀ ਜੋ ਕਿ ਲਗਭਗ ਕੰਪਲੀਟ ਹੋਣ ਵਾਲਾ ਆਪਣਾ ਅਤੇ ਨਾਲ ਦੀ ਨਾਲ ਈਵੀਐਸ ਵੀ ਆਪਣੇ ਇਸ ਚੈਨਲ ਤੇ ਕੰਟੀਨਿਊ ਹੈ ਤੇ ਉਹ ਵੀ ਤੁਸੀਂ ਜੋ ਬਿਲਕੁਲ ਫ੍ਰੀ ਵੀਡੀਓਜ਼ ਨੇ ਉਹਨਾਂ ਦਾ ਵੀ ਮੈਂ ਲਿੰਕ ਕਿਸੇ ਨਾ ਕਿਸੇ ਪਲੇਲਿਸਟ ਤੇ ਉੱਪਰ ਦੇ ਦੇਵਾਂਗਾ ਜਾਂ ਤੁਸੀਂ ਚੈਨਲ ਦੀ ਪਲੇਲਿਸਟ ਤੇ ਜਾ ਕੇ ਖੁਦ ਵੀ ਦੇਖ ਸਕਦੇ ਹੋ ਸੋ ਅੱਜ ਅਸੀਂ ਮੈਥ ਦਾ ਬਹੁਤ ਇੰਪੋਰਟੈਂਟ ਟਾਪਿਕ ਕਵਰ ਕਰਨਾ ਪਰਸੈਂਟੇਜ ਪ੍ਰਤੀਸ਼ਤ ਜਿਸ ਦੇ ਵਿੱਚੋਂ ਕੁਐਸਚਨ ਆਪਣੇ ਪੇਪਰ ਦੇ ਵਿੱਚ ਆਉਣਾ ਲਗਭਗ ਤੈ ਹੀ ਹੁੰਦਾਗਾ ਕਿਉਂਕਿ ਪਰਸੈਂਟੇਜ ਇੱਕ ਇਦਾਂ ਦਾ ਟਾਪਿਕ ਹੈਗਾ ਕਿ ਜਿਸ ਦੇ ਵਿੱਚੋਂ ਜਿਸ ਨੂੰ ਅਸੀਂ ਰੁਟੀਨ ਦੇ ਵਿੱਚ ਵੀ ਯੂਜ਼ ਕਰਦੇ ਆਈਵਨ ਬੱਚਿਆਂ ਦੇ ਮਾਰਕਸ ਆਉਂਦੇ ਨੇ ਐਂਡ ਇਟਰਨ ਉਹਨਾਂ ਦੇ ਨੰਬਰਾਂ ਦੀ ਪਰਸੈਂਟੇਜ ਵੀ ਕੱਢੀ ਜਾਂਦੀ ਹੈ ਹੈਨਾ ਸੋ ਆ ਡੇ ਟੂ ਡੇ ਲਾਈਫ ਤੇ ਵਿੱਚ ਵੀ ਪਰਸੈਂਟੇਜ ਦੀ ਬਹੁਤ ਹੀ ਇੰਪੋਰਟੈਂਸ ਹੈਗੀ ਸੋ ਪਰਸੈਂਟੇਜ ਦੇ ਵਿੱਚੋਂ ਆਪਾਂ ਨੂੰ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ ਉਹਨਾਂ ਨੂੰ ਅੱਜ ਆਪਾਂ ਦੇਖਾਂਗੇ ਇੱਥੇ ਤੋਂ ਮੈਂ ਪਹਿਲੀਆਂ 3-4 ਸਲਾਈਡ ਦੇ ਵਿੱਚ ਜਿਸ ਤਰ੍ਹਾਂ ਦੇ ਕੁਐਸਚਨ ਆਪਾਂ ਨੂੰ ਪੇਪਰ 'ਚ ਬਣ ਸਕਦੇ ਨੇ ਉਹਨਾਂ ਦੇ ਇੱਕ-ਇੱਕ ਜਾਂ ਦੋ-ਦੋ ਕੁਐਸਚਨ ਆਪਾਂ ਲੈ ਕੇ ਸੋਲਵ ਕਰਾਂਗੇ ਐਂਡ ਲੇਟਰ ਆਨ ਜਿਹੜੇ ਐਮਸੀਕਿਊ ਨੇ ਪ੍ਰੀਵੀਅਸ ইয়ার ਐਗਜ਼ਾਮ ਦੇ ਵਿੱਚ ਆਏ ਜਾਂ ਮੋਸਟ ਐਕਸਪੈਕਟਿਡ ਉਹਨਾਂ ਨੂੰ ਵੀ ਆਪਾਂ ਕਵਰ ਕਰਾਂਗੇ ਸੋ ਸਭ ਤੋਂ ਪਹਿਲੀ ਟਾਈਪ ਦਾ ਜੋ ਆਪਾਂ ਨੂੰ ਕੁਐਸਚਨ ਬਣਦਾ ਹੈ ਪੇਪਰ ਦੇ ਵਿੱਚ ਉਹ ਹੈਗਾ ਜੀ ਕਿ ਆਪਾਂ ਨੂੰ ਕੋਈ ਪੈਨ ਦਿੱਤੀ ਹੋਏਗੀ ਹਾਲਾਂਕਿ ਪੈਨ ਬਾਰੇ ਆਪਾਂ ਨੂੰ ਪਹਿਲਾਂ ਹੀ ਪਤਾ ਕਿ ਭਿੰਨ ਦਾ ਇੱਕ ਹੁੰਦਾ ਜੀ ਅੰਸ਼ ਜਿਸ ਨੂੰ ਜੋ ਉੱਪਰਲਾ ਹੁੰਦਾ ਹੈ ਉਹ ਅੰਸ਼ ਹੁੰਦਾਗਾ ਅਤੇ ਜੋ نیچے ਹੁੰਦਾਗਾ ਉਹ ਹਰ ਹੁੰਦਾਗਾ ਸੋ ਇਸ ਤਰੀਕੇ ਨਾਲ ਆਪਾਂ ਨੂੰ ਭਿੰਨ ਦਿੱਤੀ ਹੋ ਸਕਦੀ ਹੈ ਤੇ ਆਪਾਂ ਨੂੰ ਪੁੱਛਿਆ ਜਾਊਗਾ ਕਿ ਇਸ ਭਿੰਨ ਨੂੰ ਤੁਸੀਂ ਪਰਸੈਂਟੇਜ ਦੇ ਵਿੱਚ ਬਦਲੋ ਤਾਂ ਦੇਖੋ ਰੂਲ ਸੁਣ ਲਓ ਸਭ ਤੋਂ ਪਹਿਲਾਂ ਤੁਸੀਂ ਭਿੰਨ ਲਿਖ ਦੇਣੀ ਆ ਪਰਸੈਂਟੇਜ ਦੇ ਵਿੱਚ ਕਨਵਰਟ ਕਰਨ ਲਈ ਜਿਵੇਂ ਆਪਾਂ ਨੰਬਰਾਂ ਨੂੰ ਕਰਦੇ ਹਾਂ ਬਿਲਕੁਲ ਉਸੇ ਤਰ੍ਹਾਂ ਹੀ ਤੁਸੀਂ ਭਿੰਨ ਨੂੰ 100 ਨਾਲ ਮਲਟੀਪਲਾਈ ਕਰ ਦੇਣਾਗਾ ਹੈਨਾ ਜਿਵੇਂ ਮੰਨ ਲਓ ਕਿਸੇ ਬੱਚੇ ਦਾ ਜੀ 50 ਮਾਰਕਸ ਦਾ ਪੇਪਰ ਹੋਇਆ ਕਿਸੇ ਸਬਜੈਕਟ ਦਾ ਉਹਦੇ ਵਿੱਚ ਉਹਨੂੰ 49 ਆਏ ਤਾਂ ਉਹਦੀ ਅਗਰ ਆਪਾਂ ਪਰਸੈਂਟੇਜ ਕੱਢਣੀ ਆ ਤਾਂ ਉੱਪਰ ਪ੍ਰਾਪਤ ਅੰਕ ਲਿਖੇ 49 نیچے 50 ਕੁੱਲ ਅੰਕ ਲਿਖ ਲੇ ਮਲਟੀਪਲਾਈ ਕਰ ਦਿਓ 100 ਨਾਲ ਸੋ ਸਿੰਪਲ ਜਿਹਾ ਰੂਲ ਹੈ ਇਸ ਤੋਂ ਬਾਅਦ ਕੈਨਸਲ ਆਊਟ ਕਰ ਸਕਦੇ ਹੋ ਤੁਸੀਂ 0 ਨਾਲ ਅੰਸ਼ ਨਾਲ ਹਰ ਕੱਟ ਸਕਦੇ ਹਾਂ 100 ਤੁਹਾਡਾ ਅੰਸ਼ ਹੀ ਹੋਏਗਾ ਕਿਉਂਕਿ ਉੱਪਰ ਰਹੇਗਾ ਸੋ ਉਸ ਤੋਂ ਬਾਅਦ 5 ਦੇ ਟੇਬਲ ਦੇ 10 ਨੂੰ ਕੈਨਸਲ ਕਰ ਦਿਓ ਠੀਕ ਹੈ ਹੁਣ ਤੁਹਾਡੇ ਕੋਲ ਕੀ ਬਚਿਆ ਦੇਖੋ तो तो 5 ਨੂੰ 10 ਕਰਕੇ ਉੱਪਰ 49 ਜੀ ਉਸ ਤੋਂ ਬਾਅਦ ਤੁਹਾਡੇ ਕੋਲ ਨਾਲ ਬਚਿਆ 2 ਸੋ 49 ਨੂੰ 2 ਨਾਲ ਜਦੋਂ ਗੁਣਾ ਕਰੋਗੇ 49 2 98 ਹੁੰਦੇ ਆ ਤੇ ਸਾਡੇ ਕੋਲ ਕਿੰਨੀ ਪਰਸੈਂਟੇਜ ਆ ਗਈ ਜੀ 98% ਠੀਕ ਹੈ ਸੋ ਸਿੰਪਲ ਜਿਹਾ ਕੰਮ ਹੈ ਕੋਈ ਬਹੁਤ ਔਖਾ ਕੰਮ ਨਹੀਂ ਦਿੱਤੀ ہوئی ਭਿੰਨ ਨੂੰ ਤੁਸੀਂ 100 ਨਾਲ ਮਲਟੀਪਲਾਈ ਹੀ ਕਰਨਾਗਾ ਇਸ ਤੋਂ ਬਾਅਦ B ਪਾਰਟ ਦੀ ਗੱਲ ਕਰਾਂ ਤਾਂ 5 4 ਸੋ ਆਪਾਂ ਨੂੰ ਇੱਕ ਭਿੰਨ ਦਿੱਤੀ ہوئی ਹੈ ਇਹਨੂੰ ਮਲਟੀਪਲਾਈ ਕਰਾਂਗੇ ਜੀ ਅਸੀਂ 100 ਦੇ ਨਾਲ ਜਦੋਂ ਅਸੀਂ ਇਹਨੂੰ 100 ਦੇ ਨਾਲ ਮਲਟੀਪਲਾਈ ਕਰਾਂਗੇ ਉਸ ਤੋਂ ਬਾਅਦ ਤੁਸੀਂ 100 ਨੂੰ 4 ਨਾਲ ਜਿਹੜਾ ਹੈਗਾਗਾ ਆ ਭਾਗ ਕਰ ਲੈਣਾ ਡਿਵਾਈਡ ਕਰ ਲੈਣਾ ਸੋ 4 25 100 ਹੁੰਦੇ ਆ ਜੀ ਠੀਕ ਹੈ ਸੋ 4 ਅਤੇ 100 ਨੂੰ ਮੈਂ ਕੱਟ ਕੇ ਉੱਪਰ ਲਿਖ ਦੂੰਗਾ 25 25 4 100 ਇਸ ਤਰੀਕੇ ਨਾਲ ਤੁਸੀਂ ਸਿੰਪਲ ਵੀ ਯਾਦ ਰੱਖ ਸਕਦੇ ਹੋ ਅਦਰਵਾਈਜ਼ ਤੁਸੀਂ 100 ਨੂੰ 4 ਨਾਲ ਭਾਗ ਵੀ ਕਰ ਸਕਦੇ ਹੋ ਹਾਲਾਂਕਿ ਇਹਨਾਂ ਕ ਬੇਸਿਕ ਜਿਹੜਾ ਮੈਥ ਹੈ ਉਹ ਆਈ ਥਿੰਕ ਸੋ ਆਪਾਂ ਸਭ ਨੂੰ ਆਉਂਦੀ ਹੁੰਦਾਗਾ ਸੋ ਇਸ ਤਰੀਕੇ ਨਾਲ ਵੀ ਤੁਸੀਂ ਡਿਵੀਜ਼ਨ ਕਰ ਸਕਦੇ ਹੋ ਜਾ ਤੁਸੀਂ ਡਾਇਰੈਕਟ ਇਦਾਂ 25 ਚੌਕਾ 100 ਸਿੰਪਲ ਵੀ ਯਾਦ ਕਰ ਸਕਦੇ ਹੋ ਇਸ ਤੋਂ ਬਾਅਦ ਉੱਪਰ ਸਾਡੇ ਕੋਲ ਰਹਿ ਗਿਆ ਜੀ 5 ਉਸ ਤੋਂ ਬਾਅਦ 5 ਦੀ ਤੁਸੀਂ ਮਲਟੀਪਲਾਈ ਕਰਨੀ ਆ 25 ਨਾਲ ਜੋ ਸਾਡੇ ਕੋਲ ਬਚਿਆਗਾ ਸੋ 25 ਪੰਜ ਹੁੰਦੀ ਹੈ ਜੀ 125 25 ਪੰਜ ਆ ਹੋ ਗਏ ਸਾਡੇ ਕੋਲ 125 ਸੋ ਮੇਰਾ ਪਰਸੈਂਟੇਜ ਦੇ ਵਿੱਚ ਕਿੰਨਾ ਆ ਗਿਆ 125% ਸੋ ਆਈ ਹੋਪ ਕਿ ਤੁਹਾਨੂੰ ਇਹ ਟਾਪਿਕ ਕਲੀਅਰ ਹੋ ਗਿਆ ਹੋਵੇਗਾ ਕਿ ਕਿਸ ਤਰ੍ਹਾਂ ਅਸੀਂ ਦਿੱਤੀ ਹੋਈ ਪੈਨ ਨੂੰ ਪਰਸੈਂਟੇਜ ਵਿੱਚ ਬਦਲ ਸਕਦੇ ਹਾਂ ਹਾਂਜੀ ਨੈਕਸਟ ਜੋ ਆਪਾਂ ਨੂੰ ਸੈਕੰਡ ਟਾਈਪ ਦਾ ਕੁਐਸਚਨ ਪੇਪਰ ਦੇ ਵਿੱਚ ਆਇਆ ਹੋਇਆ ਜਾਂ ਜੋ ਆ ਸਕਦਾ ਹੈਗਾ ਉਹ ਇਸ ਤੋਂ ਟੋਟਲੀ ਰਿਵਰਸ ਹੈਗਾ ਕਿ ਹੁਣ ਆਪਾਂ ਪਰਸੈਂਟੇਜ ਨੂੰ ਫ੍ਰੈਕਸ਼ਨ ਚ ਬਦਲਣਾਗਾ ਕਹਿੰਦਾ ਮਤਲਬ ਪ੍ਰਤੀਸ਼ਤ ਆਪਾਂ ਨੂੰ ਦਿੱਤਾ ਹੋਇਆ ਅਤੇ ਉਹਨੂੰ ਅਸੀਂ ਭਿੰਨ ਦੇ ਵਿੱਚ ਬਦਲਣਾ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ 25% ਦਿੱਤਾ ਹੋਇਆ ਹੈਗਾ ਤਾਂ ਇਸ ਕੇਸ ਦੇ ਵਿੱਚ ਉਲਟਾ ਕਰਨਾ ਜਦੋਂ ਅਸੀਂ ਪ੍ਰਤੀਸ਼ਤ ਬਣਾਉਣਾ ਤਾਂ 100 ਨਾਲ ਮਲਟੀਪਲਾਈ ਕਰਦੇ ਹਾਂ ਜੀ ਅਤੇ ਜਦੋਂ ਅਸੀਂ ਪ੍ਰਤੀਸ਼ਤ ਹਟਾਉਣਾ ਭਾ ਪੈਨ ਬਣਾਉਣੀ ਹੈ ਪ੍ਰਤੀਸ਼ਤ ਤੋਂ ਤਾਸੀ 100 ਨਾ ਡਿਵਾਈਡ ਕਰਦੇ ਆ ਸੋ 25 ਨੂੰ ਧਿਆਨ ਨਾਲ ਨੋਟ ਕਰ ਲਓ 25 ਨਵੇਂ 100 ਨਾ ਡਿਵਾਈਡ ਕਰ ਦੂੰਗਾ ਇੱਥੇ ਇਸ ਕੇਸ ਦੇ ਵਿੱਚ ਸੋ ਜਦੋਂ ਅਸੀਂ 25 ਨੂੰ 100 ਨਾ ਡਿਵਾਈਡ ਕਰਾਂਗੇ ਤਾਂ ਉਸ ਤੋਂ ਬਾਅਦ ਇਹਨੂੰ ਕੈਨਸਲ ਆਊਟ ਕਰ ਲਓ 25 ਦੇ ਟੇਬਲ ਤੇ 25 1 25 ਉਸ ਵਾਰ 25 ਚੌਕਾ 100 ਹੋ ਗਿਆ ਜੀ ਸੋ ਇਹਦਾ ਛੋਟਾ ਰੂਪ ਆ ਗਿਆ 1/4 ਛੋਟਾ ਰੂਪ ਆ ਗਿਆ 1/4 ਸੋ 25% ਆਪਣਾ ਭਿੰਨ ਦੇ ਵਿੱਚ ਕਿੰਨਾ ਹੋਏਗਾ 1/4 ਇਸ ਤੋਂ ਇਲਾਵਾ ਤੁਸੀਂ ਛੋਟੇ-ਛੋਟੇ ਚੀਜ਼ਾਂ ਯਾਦ ਵੀ ਰੱਖਣੀਆਂ ਨੇ ਜਿਸ ਤਰੀਕੇ ਦੇਖੋ 50% ਹੋ ਗਿਆ ਆਪਾਂ ਨੂੰ ਪਤਾ ਹੈ ਕਿ 50% ਅੱਧਾ ਹੁੰਦਾ ਹੈ ਹੈਨਾ ਅੱਧ ਨੂੰ ਅਸੀਂ ਹਾਫ ਵੀ ਲਿਖ ਦਿੰਨੇ 1/2 ਸੋ 1/2 ਵੀ ਜੀ ਇਦਾਂ ਆਇਆ ਧਿਆਨ ਨਾਲ ਦੇਖੋ ਜਦੋਂ ਮੈਂ ਪਰਸੈਂਟੇਜ ਹਟਾਈ ਸੋ ਮੈਂ 50 ਲਿਖਿਆ ਪਰਸੈਂਟੇਜ ਹਟਾਉਣ ਲਈ ਮੈਂ /100 ਲਿਖਿਆ ਉਸ ਤੋਂ ਬਾਅਦ ਮੈਂ ਜਿੱਦੋ ਜ਼ੀਰੋ ਨਾਲ ਜ਼ੀਰੋ ਨੂੰ ਕੈਨਸਲ ਕੀਤਾ ਪਾਈਂ ਦੇ ਟੇਬਲ ਤੇ 5 1 5 5 2 10 ਕੀਤਾ ਤਾਂ ਉਸ ਤੋਂ ਬਾਅਦ ਮੇਰੇ ਕੋਲ ਕਿੰਨਾ ਬਣ ਗਿਆ ਜੀ 1/2 ਉੱਤੇ 1 ਥੱਲੇ 2 1/2 ਸੋ ਛੋਟੀਆਂ-ਛੋਟੀਆਂ ਕਨਵਰਜਨ ਤੁਸੀਂ ਯਾਦ ਵੀ ਰੱਖ ਸਕਦੇ ਹੋ ਸਿਮਿਲਰਲੀ ਇੱਕ ਹੁੰਦਾ ਹੈ 75% ਦੇ ਲਈ ਉਹ ਵੀ ਤੁਸੀਂ ਯਾਦ ਕਰ ਸਕਦੇ ਹੋ 75% ਦੇ ਲਈ ਸੋ 25% ਲਈ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹਨਾ ਕਿ 1/4 ਹੁੰਦਾ ਹੈ 75% ਦੇ ਲਈ ਹੁੰਦਾ ਜੀ ਇਹ 3/4 ਸੋ ਇਹ ਵੀ ਕੁਛ ਇੰਨੀ ਆਪਣਾ ਆਉਂਦਾਗਾ ਸੋ ਸਭ ਤੋਂ ਪਹਿਲਾਂ ਅਸੀਂ 75 ਲਿਖਦੇ ਹਾਂ 75/100 ਕਰ ਦਾਂਗੇ ਅਸੀਂ ਠੀਕ ਹੈ ਪਰਸੈਂਟੇਜ ਨੂੰ ਹਟਾ ਕੇ ਫਿਰ 25 ਦੇ ਟੇਬਲ ਤੇ ਆਉਂਦੇ ਨੇ 25 3 75 25 4 100 ਤਾਂ ਜਦੋਂ ਮੈਂ ਇਹਨੂੰ ਕੈਨਸਲ ਆਊਟ ਕਰੂੰਗਾ ਇਹ ਵੀ ਮੇਰਾ 3/4 ਬਣ ਜੀਗਾ ਸੋ ਛੋਟੀਆਂ-ਛੋਟੀਆਂ ਚੀਜ਼ਾਂ ਤੁਸੀਂ ਯਾਦ ਰੱਖੋਗੇ ਡਾਇਰੈਕਟ ਵੀ ਪੇਪਰ ਦੇ ਲਈ ਇਸ ਤੋਂ ਬਾਅਦ b ਪਾਰਟ ਆਪਾਂ ਦੇਖ ਲੈਨੇ ਇੱਥੇ ਆਪਾਂ ਨੂੰ 150% ਦਿੱਤਾ ਹੋਇਆ ਅਤੇ ਆਪਾਂ ਪਰਸੈਂਟੇਜ ਹਟਾਉਣੀ ਆ ਆਪਣਾ ਕੰਮ ਉਹੀ ਹੈ ਤਾਂ 150/100 ਆਪਾਂ ਕਰਾਂਗੇ ਜੀ ਇੱਥੇ ਜ਼ੀਰੋ ਨਾਲ ਜ਼ੀਰੋ ਕੈਨਸਲ ਕਰ ਦੇਾਂਗੇ ਉਸ ਤੋਂ ਬਾਅਦ 15 ਅਤੇ 10 ਦੇਖੋ 3 5 ਦੇ ਟੇਬਲ ਤੇ ਆ ਜਾਂਦੇ ਆ ਦੋਨੇ ਸੋ 5 3 15 ਠੀਕ ਹੈ ਜੀ ਤੇ 5 2 10 ਤੋ ਕਿੰਨਾ ਬਣ ਗਿਆ ਮੇਰੇ ਕੋਲ 3/2 ਸੋ 150% ਨੂੰ ਮੈਂ ਕੀ ਲਿਖ ਸਕਦਾ ਭਿੰਦੇ ਵਿੱਚ 3/2 ਸੋ ਆਈ ਹੋਪ ਕਿ ਨਾਲ ਦੀ ਨਾਲ ਤੁਹਾਨੂੰ ਇਹ ਸਾਰਾ ਕੁਝ ਸਮਝ ਆ ਰਿਹਾ ਹੋਣਾ ਚੰਗੀ ਤਰ੍ਹਾਂ ਬਹੁਤ ਬੇਸਿਕ ਜਿਹਾ ਕਨਸੈਪਟ ਹੈ ਹਾਲਾਂਕਿ ਇਸ ਤੋਂ ਬਾਅਦ ਜਦੋਂ ਆਪਾਂ ਕੁਐਸਚਨ ਕਰਾਂਗੇ ਉਹ ਥੋੜੇ ਜਿਹਾ ਕੰਪਲਿਕੇਟਿਡ ਹੋ ਜਾਣਗੇ ਇਹਨਾਂ ਨਾਲੋਂ ਹਾਂਜੀ ਹੁਣ ਆਪਾਂ ਚੱਲਦੇ ਹਾਂ ਥਰਡ ਟਾਈਪ ਬਲ ਹਾਂ ਇਹਦੇ ਵਿੱਚ ਕੁਝ ਡਾਇਗਰਾਮ ਆਪਾਂ ਨੂੰ ਦਿੱਤੇ ਹੋ ਸਕਦੇ ਆ ਤੇ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਕਿੰਨਾ ਪ੍ਰਤੀਸ਼ਤ ਹੈ ਜੋ ਰੰਗਿਆ ਹੋਇਆ ਭਾਗ ਹੈ ਜਾਂ ਜੋ ਨਹੀਂ ਰੰਗਿਆ ਉਹ ਕਿੰਨੇ ਪ੍ਰਤੀਸ਼ਤ ਹੈ ਸੋ ਆਈ ਹੋਪ ਕਿ ਇਹ ਕੁਐਸਚਨ ਤੁਹਾਨੂੰ ਸਮਝ ਆ ਰਹੇ ਹੋਣਗੇ ਕਿਉਂਕਿ ਅਸੀਂ ਭਿੰਨਾ ਅਤੇ ਦਸ਼ਮਲਵ ਦੇਖੋ ਇੱਥੇ ਮੈਂ ਲਿਖ ਦਿੰਦਾ ਸਾਈਡ ਤੇ ਅਸੀਂ ਭਿੰਨਾ ਅਤੇ ਦਸ਼ਮਲਵ ਕਰ ਚੁੱਕੇ ਹਾਂ ਜੀ ਠੀਕ ਹੈ ਸੋ ਅਗਰ ਤੁਸੀਂ ਪਾਰਟ ਨੰਬਰ 4 ਵੇਖਿਆ ਹੋਵੇ ਆ ਤਾਂ ਉੱਥੇ ਅਸੀਂ ਭਿੰਨਾ ਅਤੇ ਦਸ਼ਮਲਵ ਵਾਲਾ ਜੋ ਪੋਰਸ਼ਨ ਹੈ ਉਹ ਕਵਰ ਕੀਤਾ ਹੋਇਆਗਾ ਤਾਂ ਕਰਕੇ ਮੈਨੂੰ ਲੱਗਦਾ ਕਿ ਤੁਹਾਨੂੰ ਜਿਆਦਾ ਸਮਝਣ ਦੇ ਵਿੱਚ ਦਿੱਕਤ ਨਹੀਂ ਆਉਣੀ ਚਾਹੀਦੀ ਸੋ ਥੋੜਾ ਜਿਹਾ ਸਕੈਚ ਦੇ ਵਿੱਚ ਦਿੱਕਤ ਆ ਰਹੀ ਹੈ ਜਸਟ ਅ ਮਿੰਟ ਸੋ ਮੈਂ ਡਾਇਰੈਕਟਿਵ ਪਾਰਟ ਲਿਖ ਦਿੰਦਾ ਇੱਥੇ ਪਿੰਨਾ ਵਾਲਾ ਸੋ ਇਹ ਅਸੀਂ ਮੇਬੀ ਪਾਰਟ ਨੰਬਰ 4 ਦੇ ਵਿੱਚ ਅਸੀਂ ਕੀਤਾ ਹੋਇਆਗਾ ਸੋ ਅਗਰ ਕੋਈ ਡਾਇਰੈਕਟਿਵ ਵਾਲੀ ਵੀਡੀਓ ਵੇਖ ਰਿਹਾ ਤੁਹਾਨੂੰ ਪਿੰਨਾ ਦੀ ਸਮਝ ਜਿਆਦਾ ਨਹੀਂ ਹੈਗੀ ਤਾਂ ਪਾਰਟ ਨੰਬਰ 4 ਜ਼ਰੂਰ ਪਹਿਲਾਂ ਰੈਫਰ ਕਰ ਸਕਦੇ ਹੂੰ ਉਸ ਤੋਂ ਬਾਅਦ ਇਹ ਪੂਰਾ ਪੋਰਸ਼ਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏਗਾ ਤੋ ਦੇਖੋ ਪਹਿਲੀ ਡਾਇਗਰਾਮ ਹੈ ਪਹਿਲੀ ਦੇ ਵਿੱਚ ਦੋ ਪਾਰਟ ਆਪਣੇ ਰੰਗੇ ਹੋਏ ਆ ਆ ਕੁੱਲ ਪਾਰਟ ਨੇ ਜੀ 4 ਤੇ ਆਪਾਂ ਨੂੰ ਪੁੱਛ ਲਿਆ ਵੀ ਕਿੰਨੇ ਪ੍ਰਤੀਸ਼ਤ ਰੰਗਿਆ ਹੋਇਆ ਤਾਂ ਦੇਖੋ ਕਿੰਨੇ ਰੰਗੇ ਨੇ ਉਹ ਉੱਤੇ ਲਿਖ ਲਓ ਕਿਉਂਕਿ ਕੁਐਸਚਨ ਅਗਰ ਆਪਾਂ ਪੜੀਏ ਤਾਂ ਸ਼ਾਇਆ ਅੰਕਿਤ ਭਾਗ ਕਿੰਨੇ ਪ੍ਰਤੀਸ਼ਤ ਹੈ ਪੁੱਛਿਆ ਸ਼ਾਇਆ ਅੰਕਿਤ ਭਾਗ ਦਾ ਮਤਲਬ ਕਿ ਕਿੰਨਾ ਭਾਗ ਰੰਗਿਆ ਹੋਇਆਗਾ ਸੋ ਪਹਿਲੇ ਦੇ ਵਿੱਚ ਦੋ ਹਿੱਸੇ ਰੰਗੇ ਨੇ ਜੀ ਠੀਕ ਹੈ ਦੋ ਮੈਂ ਉੱਤੇ ਲਿਖ ਲੇ ਕੁੱਲ ਹਿੱਸੇ 4 ਨੇ 4 ਮੈਂ نیچے ਲਿਖ ਲਿਆ ਸੋ ਗਰ ਰੇਸਿਪੀ ਇਹ ਬਣਾਉਣੀ ਹੁੰਦੀ ਫਿਰ ਤਾਂ ਐਂ ਬਣਾ ਲੈਂਦੇ ਬਟ ਅਸੀਂ ਪ੍ਰਤੀਸ਼ਤ ਕੱਢਣੀ ਹੈ ਤਾਂ ਗਰ ਕੀ ਇਸपे ਨੂੰ ਅਸੀਂ 100 ਨਾਲ ਮਲਟੀਪਲਾਈ ਕਰਾਂਗੇ ਸੋ ਦੋ ਦੇ ਪਹਾੜੇ ਤੇ ਇਹਨੂੰ ਕੱਢ ਦਿਓ 2 1 2 2 2 4 ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਕੱਢ ਸਕਦੇ ਹੋ ਉਸ ਤੋਂ ਬਾਅਦ ਜਦੋਂ 100 ਨੂੰ ਦੋ ਨਾਲ ਭਾਗ ਕਰੋਗੇ ਦੋ ਨਾਲ ਭਾਗ ਕਰਨ ਦਾ ਮਤਲਬ ਉਹਦਾ ਅੱਧ ਕਰਨਾਗਾ ਤਾਂ ਕਿੰਨਾ ਆਜੂਗਾ ਇਹ 50 ਆਜੂਗਾ ਸੋ 50 ਨੂੰ ਇੱਕ ਨਾ ਗੁਣਾ ਕਰੋਗੇ ਤਾਂ ਕਿੰਨਾ ਆ ਗਿਆ ਜੀ 50 ਪ੍ਰਤੀਸ਼ਤ ਆ ਗਿਆ ਸੋ ਇਹ ਵਾਲਾ ਆਨਸਰ ਸਾਡਾ ਆ ਗਿਆ 50 ਪ੍ਰਤੀਸ਼ਤ ਮਤਲਬ ਅੱਧਾ ਉਹੀ ਗੱਲ ਹੈ ਕੁੱਲ ਚਾਰ ਹਿੱਸੇ ਨੇ ਤਾਂ ਦੋ ਰੰਗੇ ਹੋਏ ਨੇ ਮਤਲਬ ਅੱਧਾ ਹਿੱਸਾ ਰੰਗੇ ਅੱਧੇ ਨੂੰ ਅਸੀਂ ਪ੍ਰਤੀਸ਼ਤ ਦੇ ਵਿੱਚ ਲਿਖਦੇ ਆ 50% ਹੁਣ ਸੈਕੰਡ ਕੁਐਸਚਨ ਥੋੜਾ ਜਿਹਾ ਕੰਪਲਿਕੇਟਡ ਹੈ ਇਸ ਤੋਂ ਇਹਦੇ ਵਿੱਚ ਦੋ ਹਿੱਸੇ ਰੰਗੇ ਨੇ ਜੀ ਇੱਕ ਪਹਿਲਾ ਇੱਕ ਲਾਸਟ ਵਾਲਾ ਸੋ ਦੋ ਮੈਂ ਉੱਤੇ ਲਿਖੂੰਗਾ ਕੁੱਲ ਹਿੱਸੇ ਕਿੰਨੇ ਨੇ 1 2 3 4 5 6 ਕੁੱਲ ਹੈਗੇ ਨੇ 6 ਸੋ 2/6 ਹੋ ਗਿਆ ਉਸ ਤੋਂ ਬਾਅਦ ਤੁਸੀਂ 100 ਨਾਲ ਇਹਦੀ ਗੁਣਾ ਕਰ ਦੋਗੇ ਠੀਕ ਹੈ ਉਸ ਤੋਂ ਬਾਅਦ ਕੈਨਸਲ ਆਊਟ ਕਰ ਦੋਗੇ ਦੋ ਦੇ ਟੇਬਲ ਤੇ 2*1=2 2*3=6 देखो कुछ भी नहीं कटेगा अंदर 300 ਨਾਲ ਡਾਇਰੈਕਟ ਨਹੀਂ ਕੱਟਿਆ ਜਾਊਗਾ ਸਾਡੇ ਕੋਲ ਆ ਗਿਆ 100/3% ਅਗਰ ਤੁਸੀਂ ਇਹਦਾ ਕੁਝ ਹੋਰ ਰੂਪ ਲਿਖਣਾ ਹੈਗਾ ਆ ਇਹਨੂੰ ਆਪਾਂ ਨੂੰ ਪਰਸੈਂਟੇਜ ਦੇ ਵਿੱਚ ਦਿੱਤਾ ਹੋਇਆ ਤਾਂ ਤੁਸੀਂ 100 ਨੂੰ ਇਸ ਤਰੀਕੇ ਨਾਲ 3 ਨਾਲ ਭਾਗ ਕਰ ਸਕਦੇ ਹੋ ਇਹ ਬੜਾ ਸਿੰਪਲ ਜਿਹਾ ਕੰਮ ਹੈ ਠੀਕ ਹੈ 339 ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਤੁਹਾਡੇ ਜਿਹੜੇ ਆਪਸ਼ਨ ਨੇ ਉਹਨਾਂ ਤੇ ਡਿਪੈਂਡ ਕਰਦਾ ਕਿ ਉਹਦੇ ਵਿੱਚ ਕੀ ਦਿੱਤਾ ਹੋਇਆਗਾ ਤੋਂ ਉਸ ਤੋਂ ਬਾਅਦ ਫਿਰ ਤੋਂ 3 ਜਾਊਗਾ ਆ ਸੋ ਇਹ 33.3% ਦੇ ਅਪਰੋਕਸਿਮੇਟ ਆਪਣਾ ਬਣ ਜਾਊਗਾ ਉਸ ਤੋਂ ਬਾਅਦ ਦੁਬਾਰਾ ਤੋਂ 3 ਆਇਆ ਤਾਂ ਫਿਰ 9 ਆ ਗਿਆ ਜੀ ਇੱਥੇ ਠੀਕ ਹੈ ਫਿਰ ਇੱਕ ਬਚੂਗਾ ਇਦਾਂ ਕੰਟੀਨਿਊ ਹੋਈ ਜਾਊਗਾ ਫਿਰ ਜਦੋਂ ਤੁਸੀਂ ਇੱਥੇ ਜ਼ੀਰੋ ਲਾਓਗੇ ਇਸੇੇ ਜੇ ਵੀ ਜ਼ੀਰੋ ਲਾਓਗੇ ਤਾਂ ਉੱਪਰ ਪੁਆਇੰਟ ਸ਼ਿਫਟ ਹੋ ਜਾਊਗਾ ਉਸ ਤੋਂ ਬਾਅਦ ਫਿਰ 3 ਆ ਜਾਊਗਾ ਠੀਕ ਹੈ ਸੋ ਇਦਾਂ ਇਹ ਪ੍ਰੋਸੈਸ ਜਿਹੜਾ ਹੈਗਾ ਉਹ ਚੱਲਦਾ ਜਾਊਗਾ ਮਤਲਬ ਆਪਣਾ ਪਰਸੈਂਟੇਜ ਦੇ ਵਿੱਚ ਕਿੰਨਾ ਆ ਗਿਆ 100/3 ਜਦ ਦਸ਼ਮਲਵ ਦੇ ਵਿੱਚ ਆਪਾਂ ਕਹਿ ਲਈਏ ਤਾਂ ਕਿੰਨਾ ਬਣ ਜੂ ਆਪਣਾ 33.3 ਹੈਨਾ 33.3% ਸੋ ਇਸ ਤਰੀਕੇ ਨਾਲ ਵੀ ਆਪਾਂ ਇਹਨੂੰ ਕੱਪ ਕਰ ਸਕਦੇ ਇਸ ਤੁਲਾਬਾਸੀ ਨੂੰ ਜੋ ਸਾਡੀ ਮਿਕਸਡ ਫ੍ਰੈਕਸ਼ਨ ਹੈ ਮਿਸ਼ਰਤ ਭਿੰਨ ਹੈ ਉਹਦੇ ਵਿੱਚ ਵੀ ਲਿਖ ਸਕਦੇ ਆ ਸੋ ਡਿਪੈਂਡ ਕਰਦਾ ਕਿ ਸਾਡੇ ਕੋਲ ਕਿਸ ਤਰ੍ਹਾਂ ਦੇ ਆਪਸ਼ਨ ਨੇ ਉਹਦੇ ਅਕੋਰਡਿੰਗ ਅਸੀਂ ਸਿਲੈਕਟ ਕਰਾਂਗੇ ਇਸ ਤੋਂ ਬਾਅਦ ਥਰਡ ਦੇ ਵਿੱਚ ਦੇਖ ਲੈਣੇ ਆ ਕਿੰਨੇ ਭਾਸ਼ੇ ਛਾਇਆ ਅੰਕ ਕਿਤਨੇ 1 2 3 4 5 ਕੋ ਕੁੱਲ 5 ਮੇਰੇ ਕੋਲ ਛਾਇਆ ਅੰਕਤ ਹਿੱਸੇ ਨੇ ਥਰਡ ਦੇ ਵਿੱਚ ਆ ਅਤੇ ਕੁੱਲ ਹਿੱਸੇ ਹੈਗੇ ਨੇ ਜੀ 8 ਸੋ ਰੰਗੇ ਹੋਏ ਹਿੱਸੇ ਹੈਗੇ ਨੇ ਮੇਰੇ ਕੋਲੇ 5 ਕੁੱਲ ਹਿੱਸੇ ਹੈਗੇ ਨੇ 8 ਗੁਣਾ ਕਰ ਦੋਗੇ 100 ਦੇ ਨਾਲ ਹੈਨਾ ਸੇਮ ਪ੍ਰੋਸੈਸ ਸੋ ਉਸ ਤੋਂ ਬਾਅਦ ਤੁਸੀਂ ਇਹਨੂੰ ਬਸ ਕੈਨਸਲ ਆਊਟ ਕਰਨਾ ਹੋਰ ਕੁਝ ਨਹੀਂ ਕਰਨਾ 5 8 ਨਾਲ ਨਹੀਂ ਕੈਨਸਲ ਹੁੰਦਾ ਬਟ 8 ਤੇ 100 ਦੋ ਦੇ ਟੇਬਲ ਤੇ ਕੈਨਸਲ ਹੋ ਸਕਦੇ ਨੇ ਠੀਕ ਹੈ ਜੀ 50 2 100 ਉਸ ਤੋਂ ਬਾਅਦ 4 2 8 ਇਸ ਤਰੀਕੇ ਨਾਲ ਇਹ ਚੱਲਦਾ ਜਾਊਗਾ ਅਗਰ ਤੁਸੀਂ 4 ਤੇ ਕਰਨਾ ਡਾਇਰੈਕਟ 4 ਤੇ ਵੀ ਕਰ ਸਕਦੇ ਸੀ ਉਸ ਤੋਂ ਬਾਅਦ ਤੁਹਾਨੂੰ ਫਿਰ 2 ਤੇ ਕਰਨਾ ਪਊਗਾ 2 2 4 ਠੀਕ ਹੈ 25 ਦੋਨਾ 50 ਇਸ ਤਰੀਕੇ ਨਾਲ ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਦੱਸ ਰਿਹਾ तो 25 ਨੂੰ 5 ਨਾਲ ਕਰ ਦਿਓ 25 5 125 ਬਣ ਗਿਆ ਜੀ ਉੱਪਰ نیچے ਕਿੰਨਾ ਰਹਿ ਗਿਆ ਸਿਰਫ 2 ਸੋ ਕਿੰਨੇ ਪਰਸੈਂਟ ਹੋ ਗਿਆ 125 2% ਇਸ ਤੋਂ ਬਾਅਦ ਤੁਸੀਂ ਇਹਨੂੰ ਜੋ ਹੈਗਾ ਉਸ ਤੋਂ ਬਾਅਦ ਇਹਨੂੰ ਡਿਵਾਈਡ ਕਰ ਸਕਦੇ ਹੋ ਇਸ ਤਰੀਕੇ ਨਾਲ ਭਾਗ ਕਰ ਸਕਦੇ ਹੋ ਦੇਖੋ অপਸ਼ਨ ਦੇ ਵਿੱਚ ਤੁਹਾਨੂੰ 125 2 ਦਿੱਤਾ ਹੋਵੇ ਇਹਦਾ ਚਾਂਸ ਬੜਾ ਘੱਟ ਹੈ ਜੀ ਤੁਹਾਨੂੰ ਇਸ ਤਰੀਕੇ ਨਾਲ ਭਾਗ ਕਰਨਾ ਪਊਗਾ ਉਹਨੂੰ ਸੋ 6 2 12 ਇਸ ਤਰੀਕੇ ਨਾਲ ਜਾਣਾ ਪਊਗਾ ਕਿਉਂਕਿ ਉੱਥੇ ਕੁਛ ਨਾ ਕੁਛ ਤੁਹਾਨੂੰ ਦਸ਼ਮਲਵ ਦੇ ਵਿੱਚ ਹੀ ਮਿਲੇਗਾ ਸੋ ਕੁਝ ਨਹੀਂ ਬਚਿਆ 5 ਤਾਰ ਲਿਆ ਉਸ ਤੋਂ ਬਾਅਦ 2 ਦੁਨੀ 4 ਕਰ ਦਿਓ ਠੀਕ ਹੈ 2 ਦੁਨੀ 4 ਫਿਰ 1 ਬਚਿਆ ਜੀ ਉਸ ਤੋਂ ਬਾਅਦ ਪੁਆਇੰਟ ਲਾ ਦਿਓ ਇੱਥੇ ਉੱਪਰ ਦਸ਼ਮਲਵ ਆ ਜਾਊਗਾ ਉਸ ਤੋਂ ਬਾਅਦ نیچے ਜਿਹੜਾ 0 ਤਾਰੋਗੇ ਉੱਪਰ ਦਸ਼ਮਲਵ ਫਿਰ 5 ਦੁਨੀ 10 ਸੋ 62.5 ਬਣ ਜਾਊਗਾ ਇਹ ਆਪਣਾ ਇਸ ਤਰੀਕੇ ਨਾਲ ਇਹ ਬੇਸਿਕ ਜੀ ਪਾ ਆ ਗਏ ਸਭ ਨੂੰ ਆਉਂਦੀ ਹੋਏਗੀ ਸੋ 125/2 ਪਰਸੈਂਟੇਜ ਨੂੰ ਅਸੀਂ ਲਿਖ ਸਕਦੇ ਹਾਂ ਨਾਲ ਹੀ ਔਰ ਪਾ ਕੇ ਆਪਸ਼ਨ ਦੇ ਵਿੱਚ ਜੋ ਆਪਾਂ ਨੂੰ ਮਿਲੂਗਾ ਉਹ ਮਿਲੂਗਾ ਜੀ 62.5% ਸੋ ਆਈ ਹੋਪ ਕਿ ਇਹਦੇ ਨਾਲ ਤੁਹਾਨੂੰ ਦੇਖੋ ਦੋ ਆਪਣੀਆਂ ਚੀਜ਼ਾਂ ਕਵਰ ਹੋਈਆਂ ਨੇ ਪਹਿਲੀ ਚੀਜ਼ ਤਾਂ ਇਹ ਹੈ ਕਿ ਤੁਹਾਨੂੰ ਪਿੰਨ ਬਣਾਉਣੀ ਆ ਗਈ ਠੀਕ ਹੈ ਛਾਇਆ ਅੰਕਿਤ ਭਾਗ ਦੀ ਜਾਂ ਤੁਹਾਨੂੰ ਪੇਪਰ ਦੇ ਵਿੱਚ ਬਿਨਾ ਛਾਇਆ ਅੰਕਿਤ ਭਾਗ ਤੋਂ ਬਿਨਾ ਵੀ ਪੁੱਛ ਸਕਦੇ ਨੇ ਉਹ ਤੁਸੀਂ ਕੁਐਸਚਨ ਆਪਣੇ ਆਪ ਪੜ੍ਹਨਾ ਲੇਟਰ ਆਨ ਅਸੀਂ ਕੁਝ ਕੁਐਸਚਨ ਡਿਸਕਸ ਵੀ ਕਰਾਂਗੇ ਸੋ ਉਸ ਦੇ ਨਾਲ ਹੀ ਜਦੋਂ ਤੁਸੀਂ ਉਸ ਪਿੰਨ ਤੋਂ ਪਰਸੈਂਟੇਜ ਬਣਾਉਣੀ ਹੈ ਤਾਂ 100 ਨਾਲ ਮਲਟੀਪਲਾਈ ਕਰਨਾ ਹਾਂ ਉਸ ਤੋਂ ਬਾਅਦ ਇਹ ਪੂਰੇ ਦੇ ਪੂਰੇ ਪੋਰਸ਼ਨ ਦੇ ਵਿੱਚ ਕੈਲਕੂਲੇਸ਼ਨ ਦਾ ਇੱਕ ਬੜਾ ਇੰਪੋਰਟੈਂਟ ਰੋਲ ਹੈ ਜੀ ਸੋ ਮੈਥ ਇੱਕ ਸਬਜੈਕਟ ਹੀ ਇਦਾਂ ਦਾ ਹੁੰਦਾ ਹੈ ਕਿ ਜਿਹਦੇ ਵਿੱਚ ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਮਤਲਬ ਓਨੀ ਹੀ ਆਉਟਪੁੱਟ ਤੁਹਾਨੂੰ ਵਧੀਆ ਆਉਗੀ ਜਿਸ ਤਰ੍ਹਾਂ ਦੂਜੇ ਸਬਜੈਕਟ ਨੇ ਮੰਨ ਲਓ ਸਾਇੰਸ ਹੈ ਉਹ ਟੋਟਲੀ ਅੰਡਰਸਟੈਂਡਿੰਗ ਵਾਲਾ ਜੀ ਉਹਦੇ ਵਿੱਚ ਪ੍ਰੈਕਟਿਸ ਜਿਹੜੀ ਹੈਗੀ ਅਗਰ ਤੁਸੀਂ ਇੱਕ ਵਾਰ ਚੀਜ਼ ਸਮਝ ਲਈ ਤਾਂ ਸਫੀਸ਼ੈਂਟ ਹੈ ਬਸ ਤੁਹਾਨੂੰ ਥੋੜਾ ਇੰਗਲਿਸ਼ ਪੰਜਾਬੀ ਜੋ ਵੀ ਤੁਹਾਡਾ ਮੀਡੀਅਮ ਹੈ ਉਹ ਲਿਖਣਾ ਆਉਂਦਾ ਹੋਵੇ ਹੈਨਾ ਅਗਰ ਬੱਚੇ ਦੇ ਲੈਵਲ ਦੀ ਆਪਾਂ ਗੱਲ ਕਰੀਏ ਬਟ ਮੈਥ ਇੱਕ ਇਦਾਂ ਦੀ ਚੀਜ਼ ਹੈ ਚਾਹੇ ਤੁਸੀਂ ਜੋ ਤਿਆਰੀ ਕਰ ਰਹੇ ਹੋ ਐਗਜ਼ਾਮ ਦੀ ਚਾਹੇ ਸਟੂਡੈਂਟ ਨੇ ਜੋ ਕਲਾਸੇ ਵਿੱਚ ਬੋਰਡ ਐਗ ਠੀਕ ਹੈ ਸਭ ਲਈ ਸੇਮ ਹੈ ਪ੍ਰੈਕਟਿਸ ਜ਼ਿਆਦਾ ਇੰਪੋਰਟੈਂਟ ਹੈ ਮੈਥ ਦੇ ਵਿੱਚ ਕਿਉਂਕਿ ਅਗਰ ਤੁਹਾਨੂੰ ਕਨਸੈਪਟ ਵੀ ਪਤਾ ਜਿਸ ਤਰੀਕੇ ਨਾਲ ਮੈਂ ਇੱਥੇ ਕੈਲਕੂਲੇਸ਼ਨ ਕੀਤੀ ਹੈ ਕਿ 33.3% ਹਨਾ ਆ 33.3 ਦਿਨ ਵੀ ਲਿਖ ਸਕਦੇ ਹੋ ਇਹਨੂੰ ਮਿਸ਼ਰਤ ਭਿੰਨ ਚ ਵੀ ਲਿਖ ਸਕਦੇ ਹੋ ਜਿਸ ਤਰ੍ਹਾਂ 125/2 ਆ ਗਿਆ ਸੀ ਉਹਨੂੰ ਪਰਸੈਂਟੇਜ ਦੇ ਵਿੱਚ ਕਿੰਨਾ ਆਊਗਾ ਉਹ 62.5 ਆਊਗਾ ਸੋ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ ਅਤੇ ਪ੍ਰੈਕਟਿਸ ਨਾਲ ਹੀ ਵਧੀਆ ਹੁੰਦੀਆਂ ਨੇ ਮੈਥ ਦੇ ਵਿੱਚ हां जी नेक्स्ट ਆਪਾਂ ਇੱਕ ਲਾਸਟ ਟਾਈਪ ਕਰ ਲੈਨੇ ਉਸ ਤੋਂ ਬਾਅਦ ਆਪਾਂ ਕੁਐਸਚਨ ਲਾਵਾਂਗੇ ਜੋ ਵੀ ਪੇਪਰਾਂ ਵਾਲੇ ਕੁਐਸਚਨ ਨੇ ਆਪਣੇ ਸੋ ਫੋਰਥ ਟਾਈਪ ਹੈ ਕਿ ਪਤਾ ਕਰੋ ਕਿ 250 ਦਾ 15% ਕਿੰਨਾ ਹੁੰਦਾ ਹੈ ਹਨਾ ਇਦਾਂ ਦੇ ਕੁਐਸਚਨ ਬਣ ਸਕਦੇ ਨੇ ਸੋ 250 ਮੈਂ ਇੱਦੀ ਲਿਖ ਲਿਆ ਜਿੱਥੇ ਦਾ ਲਿਖਿਆ ਹੁੰਦਾ ਜਾਂ ਆਫ ਲਿਖਿਆ ਹੁੰਦਾ ਉੱਥੇ ਤੁਸੀਂ ਗੁਣਾ ਦਾ ਨਿਸ਼ਾਨ ਪਾਉਂਗੇ ਉਸ ਤੋਂ ਬਾਅਦ ਮੈਂ ਲਿਖ ਲਿਆ ਜੀ 15 ਹੁਣ 15 ਦੇ ਨਾਲ ਦੇਖੋ ਪਰਸੈਂਟੇਜ ਲੱਗੀ ਹੈ ਤਾਂ ਪਰਸੈਂਟੇਜ ਨੂੰ ਹਟਾਉਣ ਲਈ ਮੈਂ ਇਹਨੂੰ 100 ਨਾਲ ਡਿਵਾਈਡ ਕਰ ਦੂੰਗਾ ਠੀਕ ਹੈ ਤੇ ਪਰਸੈਂਟੇਜ ਹਟ ਜੇਗੀ ਉਸ ਤੋਂ ਬਾਅਦ ਬਸ ਆਪਾਂ ਇਹਨੂੰ ਕੈਨਸਲ ਆਊਟ ਕਰਨਾਗਾ ਦੇਖੋ 0 ਨਾਲ 0 ਕੈਨਸਲ ਕਰ ਦਿਓ ਡਾਇਰੈਕਟ ਹੀ ਅਨਸਰ ਤੇ ਹਰਦੀ 5 ਤੇ 10 ਉਹੀ ਹੈ ਜੀ ਕਿ 5 ਦੇ ਟੇਬਲ ਤੇ ਆਉਂਦੇ ਨੇ 5 3 15 ਆ ਜਾਊਗਾ ਠੀਕ ਹੈ 5 2 10 ਆ ਜਾਊਗਾ ਸੋ ਇਸ ਤਰੀਕੇ ਨਾਲ ਅਗਰ ਤੁਹਾਨੂੰ ਥੋੜੀ ਜੀ ਵੀ ਕਨਫਿਊਜ਼ਨ ਹੁੰਦੀ ਹੈ ਤਾਂ ਦੁਬਾਰਾ ਵੀ ਕਰ ਸਕਦੇ ਹਾਂ ਸੋ 2 ਤੇ 25 ਡਾਇਰੈਕਟ ਕੈਨਸਲ ਨਹੀਂ ਹੁੰਦੇ 3 ਤੇ 2 ਕੈਨਸਲ ਨਹੀਂ ਹੁੰਦੇ ਹੁਣ ਤੁਸੀਂ 25 ਦੀ 3 ਨਾਲ ਗੁਣਾ ਕਰ ਦਿਓ ਕਿਉਂਕਿ ਉੱਪਰ ਮੇਰੇ ਕੋਲ ਕੀ ਬਚਿਆ ਕੈਨਸਲ ਆਊਟ ਕਰਕੇ 25 3 2 ਠੀਕ ਹੈ ਇੱਕ ਵਾਰ ਥਾਰਾ ਦੁਆਰਾ ਲਿਖਤਾ ਹੈ ਇਹ ਆਪਣੇ ਕੋਲ ਬਚਿਆ ਸੋ 25 3 ਹੁੰਦਾ ਜੀ 75 75 2 ਆ ਜਾਊਗਾ ਉਸ ਤੋਂ ਬਾਅਦ ਤੁਸੀਂ 75 ਦੀ ਇਸ ਤਰੀਕੇ ਨਾਲ 2 ਨਾਲ ਜਿਹੜੀ ਹੈਗੀ ਉਹਨੂੰ ਭਾਗ ਕਰ ਸਕਦੇ ਹੋ ਠੀਕ ਹੈ ਅਗਰ ਡੈਸੀਮਲ ਦੇ ਵਿੱਚ ਤੁਹਾਨੂੰ ਕੋਈ ਕਨਫਿਊਜ਼ਨ ਹੁੰਦੀ ਹੈ ਸੋ 2 3 6 ਇਸ ਤਰੀਕੇ ਨਾਲ ਤੁਸੀਂ ਕੰਟੀਨਿਊ ਕਰ ਸਕਦੇ ਹੋ ਫਿਰ ਤੁਸੀਂ 5 ਨੂੰ ਉਤਾਰੋਗੇ ਠੀਕ ਹੈ ਸੋ ਇਸ ਤਰੀਕੇ ਨਾਲ ਤਾਂ ਉਸ ਤੋਂ ਬਾਅਦ 2 7 ਤੇ 14 ਆ ਜਾਣਗੇ ਜੀ ਠੀਕ ਹੈ ਇੱਥੇ 5 ਆਏਗਾ ਸੋ ਉਸ ਤੋਂ ਬਾਅਦ ਸਿਰ ਤੋਂ ਇੱਕ ਬਚੂਗਾ ਹੁਣ ਜੋ 1 ਇਹੋ ਛੋਟਾ ਆ ਗਿਆ ਉੱਪਰ ਪੁਆਇੰਟ ਸ਼ਿਫਟ ਹੋ ਜਾਊਗਾ ਇਹਦੇ ਨਾਲ ਤੁਸੀਂ ਜ਼ੀਰੋ ਲਗਾ ਦੋਗੇ ਉਹੀ ਪਹਿਲਾਂ ਵਾਲਾ ਕੰਮ ਸੋ 25 10 ਆ ਜਾਊਗਾ ਸੋ ਕਿੰਨਾ ਆ ਗਿਆ ਜਿਹੜਾ ਹੈਗਾਗਾ 37.5 ਸੋ 75/2 ਪੇਪਰ ਦੇ ਵਿੱਚ ਨਾ ਲਿਖਿਆ ਹੋ ਕੇ ਤੁਹਾਨੂੰ ਲਿਖਿਆ ਮਿਲੂਗਾ ਜੀ ਉੱਥੇ 37.5 ਠੀਕ ਹੈ ਸੋ ਇਸ ਤਰੀਕੇ ਨਾਲ ਤੁਸੀਂ ਜਿਹੜੇ ਸਵਾਲ ਨੇ ਆਪਣੇ ਕੰਟੀਨਿਊ ਕਰ ਸਕਦੇ ਹੋ ਉਸ ਤੋਂ ਬਾਅਦ 120 ਦਾ 25% ਉਸ ਤੋਂ ਬਾਅਦ ਉਹੀ ਕਰਨਾ 120 25 ਦੇਖੋ 25 ਦੇ ਨਾਲ ਜੋ ਪਰਸੈਂਟੇਜ ਹੈ ਉਹਨੂੰ ਹਟਾਉਣ ਲਈ 100 ਨਾਲ ਨੂੰ ਭਾਗ ਕਰੋਗੇ ਉਸ ਤੋਂ ਬਾਅਦ 0 ਨਾਲ 0 ਕੈਨਸਲ ਕਰ ਦੋਗੇ ਜੀ ਬਿਲਕੁਲ ਸੇਮ ਉਸ ਤੋਂ ਬਾਅਦ 5 ਦੇ ਟੇਬਲ ਤੇ ਕੱਟਿਆ ਜਾਊਗਾ ਸਿੱਧਕੀ ਸੋ ਜਿਹੜਾ ਹੈਗਾ 5 ਨੂੰ 5 ਜੀ 25 ਹੁੰਦਾ ਜੀ 5 ਦੁਣੀ 10 ਹੁੰਦੇ ਇਸ ਤਰੀਕੇ ਨਾਲ ਵੀ ਤੁਸੀਂ ਕੱਟ ਸਕਦੇ ਹੋ ਉਸ ਤੋਂ ਬਾਅਦ ਦੇਖੋ ਹਜੇ ਵੀ ਕੀ ਬਚਿਆ ਸਾਡੇ ਕੋਲ ਮੈਂ ਨਹੀਂ ਕੱਟੂਗਾ ਅਗਲੇ ਸਟੈਪ ਦੇ ਵਿੱਚ ਅਗਲਾ ਜੋ ਮੈਂ ਕੱਟ ਕੇ ਦਿਖਾਉਂਗਾ ਤੁਹਾਨੂੰ 12 5 2 ਆ ਗਿਆ ਉਸ ਤੋਂ ਬਾਅਦ 2 ਤੇ ਜਿਹੜਾ ਹੈਗਾ 12 ਵੀ ਕੱਟੇ ਜਾਣਗੇ 2 6 12 ਹੁੰਦੇ ਨੇ ਤਾਂ ਮੇਰੇ ਕੋਲ ਥੱਲੇ ਕੁਝ ਵੀ ਨਹੀਂ ਬਚਿਆ ਦੇਖੋ 1 ਦਾ ਸੀ ਥੱਲੇ ਲਿਖਦੇ ਨਹੀਂ ਹੁੰਦੇ ਜਿਵੇਂ 2 1 2 2 तो थले हर एक लिखण की लड़ ही नहीं मेरे को देखो की बचा छे गुणा मेरे को छे गुणा पांच बचे छे होंगे ने ती सो एक सौ भीह पच्ची परसेंट मेरे को जी थर्टी आ जाएगा हाँ जी हम कर दें कुछ इंपोर्टेंट क्वेश्चन पांच छे जो कि तो पूरी प्रैक्टिस करवा देने इस टॉपिक की अः सो पहला मैं देखो उपर लिखे जी फिफ्टी नंबर मैं तो पाया क्योंकि अभी पार्ट अठ तक नंजा इंपोर्टेंट या प्रीवियस ईयर एमसीक्यू कर चुके हाँ ਸੋ ਇਹ ਸਾਡਾ ਪੰਜਵਾਂ ਕੁਐਸਚਨ ਹੈ ਸੋ ਕੱਲੀ ਅਸੀਂ ਥਿਊਰੀ ਨਹੀਂ ਕਿ ਮੈਥ ਦੇ ਅਜਾਸੀਂ ਕੱਲੇ ਸਵਾਲ ਨਹੀਂ ਕਰ ਰਹੇ ਅਸੀਂ ਨਾਲ ਦੀ ਨਾਲ ਜੋ ਵੀ ਪ੍ਰੀਵਿਅਸ ਈਅਰ ਐਗਜ਼ਾਮ ਵਾਲੇ ਕੁਐਸਚਨ ਨੇ ਜਾਂ ਸਾਹਮਣੇ ਕਹ ਲੋ ਉਹਨਾਂ ਨੂੰ ਵੀ ਅਸੀਂ ਕਵਰ ਕਰ ਰਹੇ ਹਾਂ ਤੇ ਮੋਸਟ ਐਕਸਪੈਕਟ ਐਕਸਪੈਕਟਿਡ ਵੀ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਸੋ ਸਾਡੀ ਇਹ ਸੀਰੀਜ਼ ਹੈ ਇਸ ਕਲਾਸ ਦਾ ਤਾਂ ਪਹਿਲਾ ਹੀ ਐਮਸੀਕਿਊ ਹੈ ਬਟ ਆਪਣੀ ਸੀਰੀਜ਼ ਹੈ 50 ਜਿਹੜਾ ਐਮਸੀਕਿਊ ਹੈਗਾ ਮੈਥਮੈਟਿਕਸ ਦਾ ਸੋ ਇਹਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਅਨੁਪਾਤ ਦਿੱਤਾ ਹੈ ਮਤਲਬ ਰੇਸ਼ੋ ਦਿੱਤੀ ਹੋਈ ਹੈ ਆਪਾਂ ਨੂੰ ਰੇਸ਼ੋ ਕੀ ਹੈ ਜੀ 2:3 ਹੈ ਨਾ 2:5 ਤਿੰਨ ਆਪਾਂ ਨੂੰ ਦਿੱਤਾ ਹੋਇਆ ਉਹਨੂੰ ਪ੍ਰਤੀਸ਼ਤ ਕਿਵੇਂ ਬਦਲ ਸਕਦੇ ਹਾਂ ਦੇਖੋ ਇੱਕ ਹੋਰ ਕਨਸੈਪਟ ਆ ਗਿਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਸੀ ਕਿ ਮੈਂ ਤੁਹਾਨੂੰ ਭਿੰਨਾਂ ਕਰਵਾਈਆਂ ਨੇ ਪਾਰਟ ਨੰਬਰ 4 ਦੇ ਵਿੱਚ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਰੇਸ਼ਿਓ ਜਾਂ ਅਨੁਪਾਤ ਵੀ ਕਰਵਾਤਾ ਲਾਸਟ ਪਾਰਟ 8 ਦੇ ਵਿੱਚ ਸੋ ਇਹ ਸਾਰਾ ਕੁਝ ਇੱਕ ਦੂਸਰੇ ਦੇ ਨਾਲ ਲਿੰਕ ਹੈ ਤੇ ਪ੍ਰੋਪਰ ਸਿਸਟਮੈਟਿਕ ਜਾ ਰਿਹਾ ਤੇ ਹੁਣ ਆਪਾਂ ਕਰਾਂਗੇ ਪ੍ਰਤੀਸ਼ਤ ਸੋ ਦੇਖੋ 2:3 ਆਪਾਂ ਨੂੰ ਦਿੱਤਾ ਹੋਇਆ ਹੁਣ ਇਹਨੂੰ ਧਿਆਨ ਨਾਲ ਸਮਝੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪਿਛਲੀ ਕਲਾਸ ਦੇ ਵੀ ਦੱਸਿਆ ਸੀ ਕਿ ਜਦੋਂ ਆਪਾਂ ਨੂੰ ਅਨੁਪਾਤ ਦਿੱਤਾ ਹੋਵੇ ਤਾਂ ਉਹਨੂੰ ਅਸੀਂ ਭਿੰਨ ਬ ਜੋ ਇਹਦੇ ਖੱਬੇ ਪਾਸੇ ਲਿਖਿਆ ਜੀ ਉਹ ਉੱਪਰ ਲਿਖ ਲੋ ਦੋ ਉੱਪਰ ਆ ਗਿਆ ਜੋ ਸੱਜੇ ਪਾਸੇ ਲਿਖਿਆ ਤਿੰਨ ਉਹ ਨੀਚੇ ਲਿਖ ਲੋ ਹਰ ਬਣ ਗਿਆ ਤੁਹਾਡਾ ਸੋ ਦੋ ਅਨੁਪਾਤ ਤਿੰਨ ਨੂੰ ਮੈਂ 2/3 ਵੀ ਲਿਖ ਸਕਦਾਗਾ ਠੀਕ ਹੈ ਪਿੰਦੇ ਵਿੱਚ ਸੋ ਉਸ ਤੋਂ ਬਾਅਦ ਇਹਨੂੰ ਆਪਾਂ ਪ੍ਰਤੀਸ਼ਤ ਦੇ ਵਿੱਚ ਦਿਖਾਉਣਾ ਹੈ ਕਿੰਨਾਗਾ ਤਾਂ ਇਹਨੂੰ ਮੈਂ 100 ਨਾਲ ਮਲਟੀਪਲਾਈ ਕਰ ਦੂੰਗਾ ਠੀਕ ਹੈ ਬਸ ਇਨਾ ਕੰਮ ਹੈ ਆਪਣਾ ਹੁਣ ਦੋ ਤੇ ਤਿੰਨ ਵੀ ਨਹੀਂ ਕੈਨਸਲ ਹੁੰਦੇ ਤਿੰਨ ਵੀ 100 ਨਾਲ ਕੈਨਸਲ ਨਹੀਂ ਹੁੰਦਾ ਹੁਣ ਤੁਸੀਂ 100 ਦੀ ਦੋ ਨਾਲ ਗੁਣਾ ਕਰ ਦਿਓ ਕਿਉਂਕਿ ਦੋਨੇ ਅੰਸ਼ ਨੇ ਸੋ 100 2 200 ਹੋ ਗਏ ਜੀ ਤੇ ਵਟਾ ਸੋ 200/3% ਆਪਾਂ ਨੂੰ ਕਿਤੇ ਵੀ ਆਪਸ਼ਨ ਦੇ ਵਿੱਚ ਨਹੀਂ ਹੈਗਾ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਇਹੀ ਗੱਲਾਂ ਦੱਸੀਆਂ ਸੀ ਕਿ ਜੋ ਤੁਹਾਨੂੰ MCQ ਦੇ ਵਿੱਚ ਆਪਸ਼ਨ ਮਿਲਣਗੇ ਉਹੀ ਸਾਡਾ ਸਭ ਤੋਂ ਵੱਡਾ ਚੈਲੰਜ ਹੋਏਗਾ ਉਹਨਾਂ ਦੇ ਵਿੱਚੋਂ ਆਨਸਰ ਪਿਕ ਕਰਨਾ ਸੋ ਇਹਦਾ ਮਤਲਬ ਸਾਨੂੰ ਇੱਕ ਸਟੈਪ ਹੋਰ ਕਰਨਾ ਪਈਗਾ ਜੋ ਕਿ ਹੁਣ ਤੱਕ ਮੈਂ ਤੁਹਾਨੂੰ बार-बार ਕਰਕੇ ਵੀ ਦਿਖਾਏਗਾ ਸਾਨੂੰ 200 ਨੂੰ 3 ਨਾਲ ਭਾਗ ਕਰਨਾ ਪਈਗਾ ਜਿਸ ਕੇਸ ਦੇ ਵਿੱਚ ਠੀਕ ਹੈ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਕੀਤਾ ਸੋ ਜਦੋਂ ਅਸੀਂ 200 ਨੂੰ ਇਸ ਤਰੀਕੇ ਨਾਲ 3 ਨਾਲ ਭਾਗ ਕਰਾਂਗੇ ਸਭ ਤੋਂ ਪਹਿਲਾਂ 2 ਲਾਵਾਂਗੇ 3 6 18 ਹੋ ਜਾਣਗੇ ਸਾਡੇ ਕੋਲ ਦੇਖੋ ਧਿਆਨ ਨਾਲ ਅਨਸਰ ਤੁਹਾਡਾ ਆਪਣੇ ਆਪ ਫਰੇਮ ਹੋ ਜਾਏਗਾ ਸੋ 2 ਬਚੇ ਦੁਬਾਰਾ ਫਿਰ 20 ਬਣ ਗਿਆ ਜਦੋਂ 0 ਤਾਰੋਗੇ ਤਾਂ ਫਿਰ ਤੋਂ 3 6 18 ਹੋ ਜਾਣਗੇ ਕਿਉਂਕਿ 3 7 21 ਹੋ ਟੱਪ ਜਾਏਗਾ ਕੰਮ ਦੁਬਾਰਾ ਤੋਂ ਕਿੰਨਾ ਬਚਿਆ ਤੁਹਾਡੇ ਕੋਲ ਦੇਖੋ 2 ਬਚਿਆ ਠੀਕ ਹੈ ਜੀ ਹੁਣ ਸਾਨੂੰ ਅੱਗੇ ਤਾਂ ਜਾਣ ਦੀ ਲੋੜ ਨਹੀਂ ਕਿਉਂਕਿ ਪਰਸੈਂਟੇਜ ਤਾਂ ਮੇਰੇ ਕੋਲ ਦੋ ਹੀ ਆਪਸ਼ਨ ਨੇ ਇੱਕ 40 ਇੱਕ 60 ਹੈ ਉਹ ਤਾਂ ਆ ਨਹੀਂ ਸਕਦਾ ਕਿਉਂਕਿ ਮੇਰਾ ਕਿੰਨਾ ਬਣ ਰਿਹਾ ਉੱਪਰ ਦੇਖੋ 68 ਬਣਦਾ ਪਿਆ ਹੈਗਾ ਇਸ ਕੇਸ ਦੇ ਵਿੱਚ ਤਾਂ ਹੁਣ ਦੇਖੋ ਆਪਾਂ ਇਹ ਤੋਂ ਮਿਸ਼ਰਤ ਭਿੰਨ ਦੇ ਵਿੱਚ ਆਪਣਾ ਆਨਸਰ ਆਊਗਾ ਦੇਖੋ ਕਿੰਨਾ ਆਊਗਾ ਜੋ ਤੁਹਾਡੇ ਕੋਲ ਉੱਪਰ ਆਇਆ ਉਹਨੂੰ ਤੁਸੀਂ ਪਹਿਲਾਂ ਲਿਖੋਗੇ ਠੀਕ ਹੈ ਛਾਰਟ ਸਹੀ ਇਹਨੂੰ ਆਏ ਬੋਲਨੇ ਵੀ ਆਪਾਂ ਸਾਰਾ ਕੁਝ ਕਰ ਚੁੱਕੇ ਹਾਂ ਛਾਰਟ ਸਹੀ ਜੋ ਬਾਕੀ ਆਇਆ ਜੀ ਉਹਨੂੰ ਉੱਪਰ ਲਿਖੋਗੇ 2 ਜਿਹਦੇ ਨਾਲ ਭਾਗ ਕੀਤਾ 3 ਨਾਲ ਉਹਨੂੰ ਇਦਾਂ ਲਿਖੋਗੇ ਸੋ 200 3 ਨੂੰ ਮੈਂ ਕਿਵੇਂ ਲਿਖ ਸਕਦਾਗਾ ਛਾਰਟ ਸਹੀ 2 3 ਤਾਂ ਕਰਕੇ ਮੇਰਾ ਰਾਈਟ ਆਨਸਰ ਕੀ ਆਇਆਗੇ ਤੇ ਆਪਸ਼ਨ ਸੀ ਇਜ਼ ਦਾ ਕਰੈਕਟ ਆਨਸਰ ਠੀਕ ਹੈ ਦੇਖੋ ਇਨੀ ਕੰਪਲਿਕੀਸ਼ਨ ਜਿਹੜੀ ਪੇਪਰ ਦੇ ਵਿੱਚ ਹੋ ਜਾਂਦੀ ਹੈ ਉਸ ਤੋਂ ਬਾਅਦ 51 ਕੁਐਸਚਨ ਆਪਾਂ ਦੇਖਦੇ ਹਾਂ ਕਿ x ਦਾ 30% ਬਰਾਬਰ 72 ਹੈ ਤਾਂ x ਦਾ ਮੂਲ ਕਿੰਨਾ ਹੋਵੇਗਾ ਹਾਲਾਂਕਿ ਕਿਸੇ ਵੀ ਰਕਮ ਦਾ ਜਿੰਨੇ ਵੀ ਪਰਸੈਂਟ ਦਿੱਤਾ ਹੋਇਆ ਮੈਂ ਕਨਸੈਪਟ ਤੁਹਾਨੂੰ ਪਹਿਲਾਂ ਹੀ ਕਰਵਾ ਚੁੱਕਾਂਗਾ ਜਿਵੇਂ ਇਹਨਾਂ ਨੇ ਦਿੱਤਾ ਹੋਇਆ ਦੇਖੋ x ਦਾ x ਦਾ 30% ਇਹਨਾਂ ਨੇ ਦਿੱਤਾ ਹੋਇਆ ਤੇ ਜੋ ਇਹਦੀ ਵੈਲਿਊ ਹੈ ਉਹ ਆਪਾਂ ਨੂੰ ਦਿੱਤੀ ਹੋਈ ਹੈ ਜੀ 72 ਤਾਂ ਆਪਾਂ ਹੁਣੇ ਕੀਤਾ ਕਿ ਜਿੱਥੇ ਵੀ ਆਪਾਂ ਨੂੰ ਦਾ ਲਿਖਿਆ ਹੋਵੇ ਉੱਥੇ ਗੁਣਾ ਪਾ ਦਿਓ ਉਸ ਤੋਂ ਬਾਅਦ ਜਿੱਥੇ 30 ਲਿਖਿਆ ਉਹਦੀ ਪਰਸੈਂਟੇਜ ਹਟਾਉਣ ਲਈ ਉਹਨੂੰ 100 ਨਾਲ ਭਾਗ ਕਰ ਦਿਓ ਠੀਕ ਹੈ ਇਹ ਆਪਾਂ ਬੇਸਿਕ ਜਿਹਾ ਕਨਸੈਪਟ ਹੁਣ ਕਰਕੇ ਆਏ ਆ ਸੋ ਦੇਖੋ 30 ਅੰਸ਼ਾ 100 ਹਰੇ ਤਾਂ ਜ਼ੀਰੋ ਨਾਲ ਜ਼ੀਰੋ ਕੱਢ ਦਿਓ ਉਸ ਤੋਂ ਬਾਅਦ 3 ਅਤੇ 10 ਹੋਰ ਤਾਂ ਕੈਨਸਲ ਨਹੀਂ ਹੋ ਸਕਦੇ 3/10 ਰਹਿ ਗਿਆ ਹੁਣ ਆਪਾਂ x ਦਾ ਮੁੱਲ ਕੱਢਣਾ ਹੈ ਸਮੀਕਰਨਾਂ ਵਾਲੇ ਕੁਐਸਚਨ ਦੇ ਵਿੱਚੋਂ ਵੜ ਗਏ ਹੁਣ ਆਪਣਾ ਸਮੀਕਰਨਾਂ ਵੀ ਅਸੀਂ ਕਰ ਚੁੱਕੇ ਆ ਸੋ ਦੇਖੋ ਜਿਹੜੀ ਵੀਡੀਓ ਆਪਣੀ ਅੱਗੇ ਆ ਰਹੀ ਹੈ ਤਾਂ ਉਹ ਆਣੀਆਂ ਚੀਜ਼ਾਂ ਜੋ ਜੋ ਕੰਮ ਆ ਰਹੀਆਂ ਨੇ ਉਹ ਮੈਂ ਪਹਿਲਾਂ ਹੀ ਕਰਵਾ ਦਿਨਾਂਗਾ ਇੱਕ ਪ੍ਰੋਪਰ ਸਿਸਟਮੈਟ ਤੁਸੀਂ ਸਮੀਕਰਨਾਂ ਵਾਲੇ ਚ ਵਿੱਚੋਂ ਇੱਕ ਸਮੀਕਰਨ ਟਾਈਪ ਬਣ ਗਿਆ ਹੁਣ ਆਪਾਂ x ਦਾ ਮੁੱਲ ਕੱਢਣਾ x ਦੇ ਨਾਲ ਜੋ ਵੀ ਲੱਗਿਆ ਹੋਇਆ ਉਹ ਕਹਿ ਲਓ ਕਿ ਦੁਸ਼ਮਣ ਹੈ ਹਨਾ x ਦਾ ਆਪਾਂ x ਨੂੰ ਇਕੱਲੇ ਰੱਖਣਾ ਤਾਂ 3/10 ਭਿੰਨ ਲੱਗੀ ਹੋਈ ਹੈ x ਦੇ ਨਾਲ ਜੋ ਕਿ ਗੁਣਾ ਚ ਹੈ ਠੀਕ ਹੈ ਤੇ ਜਦੋਂ ਦੂਜੇ ਪਾਸੇ ਭਿੰਨ ਜਾਊਗੀ 72 ਵਾਲੀ ਸਾਈਡ ਜਦੋਂ ਜਾਊਗੀ ਤਾਂ ਆਪਾਂ ਨੂੰ ਪਤਾ ਜੀ ਇਹ ਭਿੰਨ ਉਲਟ ਜਾਂਦੀ ਹੈ ਇਹ ਭਿੰਨ ਕੀ ਹੋ ਜੂਗੀ ਉਲਟੀ ਹੋ ਜੂਗੀ 10 ਜਿਹੜਾ ਹੈਗਾ ਉੱਪਰ ਆ ਜਾਊਗਾ 10 ਉੱਪਰ ਆ ਜਾਊਗਾ ਤੇ ਨੀਚੇ ਰਹਿ ਜਾਊਗਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਨੂੰ ਕਰ ਸਕਦੇ ਹੋ ਸੋ x ਦਾ 30% ਲਿਖਿਆ ਸੀ ਸੋ 10 ਉੱਪਰ ਚਲਾ ਗਿਆ ਤੇ 3 نیچے ਆ ਗਿਆ ਸੋ ਇਹਨਾਂ ਕਰਨ ਤੋਂ ਬਾਅਦ ਹੁਣ ਆਪਾਂ ਨੈਕਸਟ ਕਰਨਾਗਾ ਕਿ ਕੀ ਹੋਏਗਾ ਉਸ ਤੋਂ ਬਾਅਦ ਦੇਖੋ ਜੋ ਕੈਨਸਲ ਹੁੰਦਾ ਉਹਨੂੰ ਤੁਸੀਂ ਕੈਨਸਲ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਡਾਇਰੈਕਟ 72 ਦੀ 10 ਨਾਲ ਗੁਣਾ ਕਰ ਦਿਓ ਤੇ ਜਦੋਂ ਮੈਂ 72 ਦੀ 10 ਨਾਲ ਗੁਣਾ ਕਰੂੰਗਾ ਤਾਂ ਆਪਾਂ ਦੇਖਦੇ ਆ ਇਹ ਬਣ ਗਿਆ 720 ਬਣ ਗਿਆ ਠੀਕ ਹੈ ਆਪਾਂ ਇਦਾਂ ਵੀ ਕਰ ਸਕਦੇ ਹਾਂ 720 3 ਹੁਣ ਤੁਸੀਂ 720 ਨੂੰ 3 ਨਾਲ ਭਾਗ ਕਰ ਲੈਣਾ ਨੈਕਸਟ ਸਟੈਪ ਤੁਹਾਡਾ ਇਹੀ ਹੈ ਠੀਕ ਹੈ ਸੋ 720 ਨੂੰ 3 ਨਾਲ ਤੁਸੀਂ ਭਾਗ ਕਰ ਲੋਗੇ ਇਸ ਤਰੀਕੇ ਨਾਲ ਤਾਂ ਇਹ ਸਾਡਾ ਬਣ ਜਾਊਗਾ ਜੀ 3 2 6 ਤਾਂ ਫਿਰ ਦੇਖੋ ਕਿੰਨਾ ਬਚੂਗਾ 1 ਬਚੂਗਾ 7 ਚੋਂ 6 ਕੱਢੇ ਫਿਰ ਤੁਸੀਂ ਦੋ ਉਤਾਰੋਗੇ ਤਾਂ 3 4 12 ਸੋ ਇੱਥੇ ਆਪਾਂ ਨੂੰ ਕਲੀਅਰ ਹੋ ਗਿਆ ਕਿ ਕੀ ਬਣੂਗਾ ਆਪਣਾ 12 ਕੁਝ ਵੀ ਨਹੀਂ ਬਚਿਆ ਤੁਸੀਂ 0 ਤਾਰ ਲਈ ਸੋ 3 ਨੂੰ 0 ਨਾਲ ਗੁਣਾ ਕਰ ਦਿਓ ਬਸ ਡਾਇਰੈਕਟ ਕੁਝ ਨਹੀਂ ਕਰਨਾ 300 ਇਸ ਤਰੀਕੇ ਨਾਲ ਠੀਕ ਹੈ ਤਾਂ ਆਪਣੇ ਕੋਲ ਕਿੰਨਾ ਬਣ ਗਿਆ ਜੀ 240 ਸੋ ਕਿੰਨਾ ਆਜੂਗਾ ਇਹ 240 240 ਸੋ 240 ਦੇਖੋ ਕਿਹੜੀ ਆਪਸ਼ਨ ਹੈ b ਸੋ x ਦਾ ਮੁੱਲ ਕਿੰਨਾ ਆ ਗਿਆ 240 ਅਗਰ ਤੁਸੀਂ ਇਦਾਂ ਨਹੀਂ ਕਰਨਾ ਤਾਂ 72 ਨੂੰ ਵੀ 3 ਨਾਲ ਭਾਗ ਕਰ ਦਿੰਦੇ ਤੇ 24 3 72 ਹੁੰਦਾਗਾ ਸੋ ਡਾਇਰੈਕਟ ਵੀ ਤੁਸੀਂ ਕੈਨਸਲ ਆਊਟ ਕਰ ਸਕਦੇ ਹੋ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਮੇ ਮੈਂ ਗੁਣਾ ਕਰਕੇ ਅੱਗੇ ਲੈ ਕੇ ਗਿਆ ਕੈਲਕੂਲੇਸ਼ਨ ਦਾ ਸਭਨਾ ਅਬਦਾ ਆਪਣਾ ਆਪਣਾ ਵੇ ਹੁੰਦਾਗਾ ਸੋ ਡਾਇਰੈਕਟ ਇਹਨੂੰ ਕੈਨਸਲ ਕਰ ਸਕਦੇ ਸੀ ਤਿੰਨ ਨਾਲ ਭਾਗ ਕਰਕੇ ਤੇ ਤੁਹਾਡੇ ਕੋਲੇ ਬਣ ਜਾਂਦਾ ਜੀ 24 72 ਫਿਰ 24 ਦੀ 10 ਨਾਲ ਗੁਣਾ ਕਰ ਦਿੰਦੇ ਫਿਰ ਵੀ ਆਨਸਰ ਤੁਹਾਡਾ ਇਹਨਾ ਆਣਾ ਸੀਗਾ 240 ਸੋ ਇਸ ਤਰ੍ਹਾਂ ਦੇ ਆਪਾਂ ਨੂੰ ਕੁਐਸਚਨ ਪੇਪਰ ਦੇ ਵਿੱਚ ਪਹਿਲਾਂ ਆਏ ਹੋਏ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਿਲਣਗੇ ਇਸ ਟੌਪਿਕ ਦੇ ਵਿੱਚੋਂ ਹਾਂਜੀ ਨੈਕਸਟ ਅਸੀਂ ਸਮ ਕਰਦੇ ਹਾਂ 52 uh, 52 ਨੰਬਰ ਕੁਐਸਚਨ ਇੱਕ ਸ਼ਾਬਦਿਕ ਸਵਾਲ ਹੈ ਹੁਣ ਬੇਸਿਕ ਕਨਸੈਪਟ ਕਰਨ ਤੋਂ ਬਾਅਦ ਅਸੀਂ ਥੋੜੀ ਜਿਹੀ ਸਟੇਟਮੈਂਟ ਵਾਲੇ ਸਵਾਲ ਵੀ ਦੇਖਾਂਗੇ ਜੋ ਕਿ ਆਏ ਹੋਏ ਨੇ ਤਾਂ ਇੱਕ ਸ਼੍ਰੇਣੀ ਵਿੱਚ 45% ਲੜਕੀਆਂ ਨੇ ਠੀਕ ਹੈ ਕਲਾਸ ਦੇ ਵਿੱਚ ਹੀ 45% ਲੜਕੀਆਂ ਨੇ ਅ ਜੇਕਰ ਸ਼੍ਰੇਣੀ ਵਿੱਚ 22 ਲੜਕੇ ਹੋਣ ਤਾਂ ਸ਼੍ਰੇਣੀ ਵਿੱਚ ਕੁੱਲ ਕਿੰਨੇ ਵਿਦਿਆਰਥੀ ਹਨ ਦੇਖੋ ਥੋੜਾ ਕੰਪਲਿਕੇਟਿਡ ਕੀਤਾ ਬਟ ਕਨਸੈਪਟ ਇਹੀ ਲੱਗਣਗੇ ਜੋ ਆਪਾਂ ਹੁਣ ਤੱਕ ਪੜਿਆ ਹੈਗਾ ਲੜਕੀਆਂ ਨੇ ਜੀ ਆਪਾਂ ਇੱਥੇ ਲਿਖ ਲੈਣੇ ਪਹਿਲਾਂ ਤਾਂ ਲੜਕੀਆਂ ਠੀਕ ਹੈ ਲੜਕੀਆਂ ਹੈਗੀਆਂ ਨੇ ਕਿੰਨੇ ਪਰਸੈਂਟ ਨੇ 45% ਠੀਕ ਹੈ ਇੱਕ ਤਾਂ ਆਪਾਂ ਨੂੰ ਇਹ ਦੇ ਰੱਖਿਆਗਾ ਇੱਕ ਆਪਾਂ ਨੂੰ ਦੇ ਰੱਖਿਆ ਲੜਕੀਆਂ ਦੀ ਗਿਣਤੀ ਲੜਕੀਆਂ ਤਾਂ ਦੇ ਰੱਖੀਆਂ ਨੇ ਪਰਸੈਂਟੇਜ ਦੇ ਵਿੱਚ ਅਤੇ ਲੜਕੀ ਆਪਾਂ ਨੂੰ ਵੈਸੇ ਹੀ ਦੇ ਰੱਖੇ ਨੇ ਕਿ ਲੜਕੇ ਨੇ ਜੀ 22 ਤਾਂ ਕਲਾਸ ਚ ਕੁੱਲ ਕਿੰਨੇ ਵਿਦਿਆਰਥੀ ਹੋਣਗੇ ਤਾਂ ਦੇਖੋ ਕੁੱਲ ਪਰਸੈਂਟੇਜ ਹਮੇਸ਼ਾ 100 ਚੋਂ ਨਿਕਲਦੀ ਹੈ ਜੇਕਰ 100 ਦੇ ਵਿੱਚੋਂ ਜੋ ਲੜਕੀਆਂ ਨੇ ਉਹ 45% ਨੇ ਠੀਕ ਹੈ ਤਾਂ ਤੁਸੀਂ ਆਪਣੇ ਆਪ ਦਿਮਾਗ ਲਾਉਣਾ ਕਿ ਲੜਕੇ ਜਿਹੜੇ ਹੈਗੇ ਨੇ 100 ਦੇ ਵਿੱਚੋਂ 45 ਕੱਢ ਦਿਓ ਤਾਂ ਕਿੰਨੇ ਪਰਸੈਂਟ ਰਹਿ ਜਾਣਗੇ 55% ਅਗਰ ਕਲਾਸ ਵਿੱਚ ਲੜਕੀਆਂ 45% ਨੇ ਤਾਂ ਲੜਕੀਆਂ ਦੀ ਗਿਣਤੀ ਕਿੰਨੀ ਹੋ ਜਾਏਗੀ ਜੀ 55% ਠੀਕ ਹੈ ਸਿੰਪਲ ਜੀ ਗੱਲ ਹੈ ਇਸ ਤੋਂ ਬਾਅਦ ਆਪਾਂ ਦੇਖਣਾ ਆਪਾਂ ਨੂੰ ਕੁੱਲ ਬੱਚੇ ਵੀ ਨਹੀਂ ਪਤਾ ਤਾਂ ਕੁੱਲ ਬੱਚੇ ਇਸ ਕੇਸ ਦੇ ਵਿੱਚ ਸ਼ਾਬਦਿਕ ਸਵਾਲ ਦੇ ਵਿੱਚ ਮੰਨ ਲਈਦੇ ਹੁੰਦੇ ਨੇ ਕਿ x ਠੀਕ ਹੈ ਜੀ ਕੁੱਲ ਬੱਚੇ ਆਪਾਂ ਨੂੰ ਨਹੀਂ ਪਤਾ ਆਪਾਂ ਕੱਢਨੇ ਨੇ ਆਪਾਂ x ਮੰਨ ਲੇ ਗੁੱਲ ਵਿਦਿਆਰਥੀ ਸੋ ਕੁੱਲ ਬੱਚਿਆਂ ਦਾ ਠੀਕ ਹੈ ਕੁੱਲ ਬੱਚਿਆਂ ਦਾ ਲੜਕੇ ਦਿੱਤੇ ਹੋਏ ਨੇ ਆਪਾਂ ਨੂੰ ਕੁੱਲ ਬੱਚਿਆਂ ਦਾ 55% ਕੀ ਨੇ ਜੀ ਮੇਰੇ ਕੋਲੇ ਲੜਕੇ ਨੇ ਤੇ ਕੁੱਲ ਬੱਚਿਆਂ ਦਾ 55% ਕਿੰਨਾ ਬੰਦ ਹੈ ਐਸ ਪਰ ਸਟੇਟਮੈਂਟ ਦੇ ਮਤਲਬ ਕਿੰਨਾ ਬੰਦ ਹੈ ਜੀ 22 ਤਾਂ ਧਿਆਨ ਨਾਲ ਸਮਝੋ ਇਹ ਚੀਜ਼ ਮੈਂ ਆਪਣੇ ਕੋਲੋਂ ਬਣਾਈ ਹੈ ਕੁੱਲ ਵਿਦਿਆਰਥੀ ਮੈਂ ਮੰਨ ਲਿਆ x ਤਾਂ ਕੁੱਲ ਬੱਚਿਆਂ ਦਾ 55% ਲੜਕੇ ਨੇ ਆਪਾਂ ਹੁਣੇ ਹੀ ਦੇਖਿਆ ਤਾਂ ਕੁੱਲ ਲੜਕ ਬੱਚਿਆਂ ਦਾ 55% ਲੜਕੇ ਨੇ ਤੇ ਲੜਕੇ ਕਿੰਨੇ ਨੇ 22 ਤਾਂ ਕਰਕੇ ਮੈਂ ਬਰਾਬਰ ਰੱਖ ਲਿਆ 22 ਉਸ ਤੋਂ ਬਾਅਦ ਉਹੀ ਚੀਜ਼ ਬਣ ਗਈ ਕੋਈ ਫਰਕ ਨਹੀਂ ਹੈਗਾ ਸੋ ਉਸ ਤੋਂ ਬਾਅਦ ਦੇਖੋ x ਸੇਮ ਚੀਜ਼ ਚੀਜ਼ ਤੁਸੀਂ ਕਰਨੀ ਹੈ ਇਸ ਕੇਸ ਦੇ ਵਿੱਚ ਵੀ ਉਸ ਤੋਂ ਬਾਅਦ ਤੁਸੀਂ x ਲਓਗੇ x ਨੂੰ ਮਲਟੀਪਲਾਈ ਕਰੋਗੇ ਤੁਸੀਂ 55 ਦੇ ਨਾਲ 55 ਦੇ ਨਾਲ ਤੇ 100 ਨਾਲ ਡਿਵਾਈਡ ਕਰ ਦੋਗੇ ਜੀ 22 ਹੈ ਨਾ ਬਿਲਕੁਲ ਸੇਮ ਜਿਵੇਂ ਆਪਾਂ ਪਹਿਲਾਂ ਕਰਦੇ ਰਹੇ ਹਾਂ ਸੋ ਉਸ ਤੋਂ ਬਾਅਦ ਦੇਖੋ x ਦਾ ਜੋ ਦੁਸ਼ਮਨ ਕਹਿ ਲੋ ਹੈ ਨਾ x ਨਾਲ ਕੀ ਲੱਗੀ ਹੋਈ ਹੈ 55/100 ਭਿੰਨ ਲੱਗੀ ਹੈ ਇਹਨੂੰ ਮੈਂ ਹੁਣ ਦੂਜੇ ਪਾਸੇ ਲੈ ਜਾਊਂਗਾ ਸੋ x ਮੈਂ ਇਕੱਲੀ ਰੱਖ ਲਈ x ਸੋ ਦੂਜੇ ਪਾਸੇ ਮੇਰੇ ਕੋਲ 22 ਪਿਆ ਸੀਗਾ ਸੋ 22 ਦੀ ਮੈਂ ਗੁਣਾ ਕਰੂੰਗਾ ਹੁਣ 22 ਦੀ ਮੈਂ ਮਲਟੀਪਲਾਈ ਕਰੂੰਗਾ ਇਦੇ ਨਾਲ ਦੂਜੀ ਸਾਈਡ ਜਦੋਂ ਇਹ ਵਾਲੀ ਪਿੰਨ ਜਾਊਗੀ 55/100 ਤਾਂ ਉਲਟੀ ਹੋਊਗੀ 100 ਉੱਪਰ ਆ ਜਾਊਗਾ 55 ਕਿੱਥੇ ਆ ਜਾਊਗਾ ਜੀ نیچے ਆ ਜਾਊਗਾ ਇਸ ਤਰੀਕੇ ਨਾਲ ਹੈਨਾ ਤਾਂ ਇਸ ਤੋਂ ਬਾਅਦ ਦੇਖੋ 22 ਤੇ 55 11 ਦੇ ਟੇਬਲ ਤੇ ਆਉਂਦੇ ਆਪਾਂ ਨੂੰ ਪਤਾ ਹੈ ਤਾਂ 11 ਦੂਣਾ 22 ਹੁੰਦਾ ਹੈ 11 ਪੰਜ 55 ਹੁੰਦੇ ਆ ਇਹ ਚੀਜ਼ ਬਿਲਕੁਲ ਬੇਸਿਕ ਜੀ ਹੈ 11 ਦੂਣੀ 22 11 ਪੰਜ 55 ਸੋ ਇਕੱਠੇ ਕੈਨਸਲ ਹੋ ਗਏ ਤੇ 500 ਨਾਲ ਵੀ ਕੱਟਿਆ ਜਾਂਦਾ ਦੇਖੋ ਜੇ 100 ਨੂੰ 5 ਨਾਲ ਭਾਗ ਕਰੂੰਗੇ 20 500 ਹੁੰਦੇ ਨੇ ਸੋ ਦੇਖੋ ਤੁਹਾਡੇ ਕੋਲ ਕੀ ਬਚਿਆ ਥੱਲੇ ਤਾਂ ਕੁਝ ਨਹੀਂ ਬਚਿਆ ਉੱਤੇ 2 20 ਬਚੇ ਸੋ 20 ਦਾ ਕਿੰਨੇ ਹੋਗੇ ਜੀ 40 ਹੋਗੇ ਸੋ ਕੁੱਲ ਬੱਚੇ ਮੇਰੇ ਕੋਲ ਕਿੰਨੇ ਹੋਗੇ ਕੁੱਲ ਬੱਚੇ ਹੋਗੇ 40 ਸੋ x ਅਮੁੱਲ ਸੀ x ਕੁੱਲ ਬੱਚੇ ਸੀ ਕੁੱਲ ਬੱਚੇ ਮੇਰੇ ਕੋਲ ਹੋਗੇ 40 ਸੋ ਮੇਰਾ ਰਾਈਟ ਆਨਸਰ ਇਜ਼ অপਸ਼ਨ ਸੀ ਸੋ ਅਗਰ 40 ਕੁੱਲ ਬੱਚੇ ਨੇ ਉਹਦੇ ਵਿੱਚੋਂ 22 ਲੜਕੇ ਨੇ ਜੋ ਕਿ 55% ਨਹੀਂ ਤਾਂ ਲੜਕੀਆਂ ਜੇ ਪੁੱਛ ਲੈਂਦੇ ਤਾਂ ਉਹ ਕਿੰਨੀਆਂ ਬਚਦੀਆਂ ਤੁਹਾਡੇ ਕੋਲ 40 ਦੇ ਵਿੱਚੋਂ ਜਿਹੜੇ 22 ਘਟਾ ਦਿਓ ਤਾਂ ਕਿੰਨੀਆਂ ਲੜਕੀਆਂ ਬਚਦੀਆਂ ਤੁਹਾਡੇ ਕੋਲ 18 ਬਚਣੀਆਂ ਤੁਸੀਂ ਦਾ ਵੀ ਤੁਸੀਂ ਕਾਲ ਕਰ ਸਕਦੇ ਹੋ ਸੋ ਇਸ ਲੈਵਲ ਦੇ ਵੀ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ ਪਰਸੈਂਟੇਜ ਦੇ ਵਿੱਚੋਂ ਇਸ ਤੋਂ ਬਾਅਦ ਇੱਕ ਹੋਰ ਸਵਾਲ ਹੈ ਜੋ ਕਿ ਥੋੜਾ ਜਿਹਾ ਹੋਰ ਕੰਪਲਿਕੇਟਡ ਹੈ 1/7 ਦਾ ਕਿੰਨੇ ਪ੍ਰਤੀਸ਼ਤ 2/35 ਹੈ ਠੀਕ ਹੈ ਸੋ 1/7 ਦਾ ਕਿੰਨੇ ਪ੍ਰਤੀਸ਼ਤ ਇਹਨਾਂ ਨੇ ਪੁੱਛਿਆ ਕਿੰਨੇ ਪ੍ਰਤੀਸ਼ਤ 2/35 ਹੈ ਸੋ 1/7 ਦਾ ਮੈਨੂੰ ਨਹੀਂ ਪਤਾ ਕਿੰਨੇ ਪਰਸੈਂਟੇਜ ਹੈ ਮੈਂ ਉਹਨੂੰ ਮੰਨ ਲੂੰਗਾ ਜੀ x ਨਹੀਂ ਮੰਨਣਾ x ਪ੍ਰਤੀਸ਼ਤ ਮੰਨਣਾ ਇਹਕੇ ਤੇ ਇਸ ਗੱਲ ਦਾ ਧਿਆਨ ਰੱਖਣਾ ਕਿਉਂਕਿ ਇਹਨਾਂ ਨੇ ਇਹੀ ਪੁੱਛਿਆ ਨਾ ਕਿ 1/7 ਦਾ ਕਿੰਨੇ ਪਰਸੈਂਟ 2/35 ਹੈ ਆਪਾਂ ਮੰਨ ਲਏ 1/7 ਦਾ x% 2/35 ਹੈ ਉਸ ਤੋਂ ਬਾਅਦ ਸਵਾਲ ਆਪਣਾ ਉਹੀ ਹੈ 1/7 ਜਿੱਥੇ ਦਾ ਉਥੇ ਗੁਣਾ ਫਿਰ x ਲਿਖ ਲਓਗੇ ਪ੍ਰਤੀਸ਼ਤ ਨੂੰ ਹਟਾਉਣ ਲਈ ਜਿਹੜਾ 100 ਦੇ ਨਾਲ نیچے ਥੋੜਾ ਜਿਹਾ ਲਿਖਣਾ ਜੀ ਸਕਰੀਨ ਦੇ ਉੱਪਰ ਡਿਫਿਕਲਟ ਹੋ ਜਾਂਦਾ ਜਸਟ ਅ ਮਿੰਟ ਪ੍ਰਤੀਸ਼ਤ ਨੂੰ ਹਟਾਉਣ ਦੇ ਲਈ ਤੁਸੀਂ 100 ਨਾਲ ਡਿਵਾਈਡ ਕਰ ਲਓਗੇ 2/35 ਆ ਜੂਗਾ ਠੀਕ ਹੈ ਇਸ ਤਰੀਕੇ ਨਾਲ ਉਸ ਤੋਂ ਬਾਅਦ ਦੇਖੋ ਕੀ ਬਣ ਗਿਆ ਤੁਹਾਡੇ ਕੋਲ ਹੁਣ ਅ ਤਾਂ ਇਹ ਬਣ ਗਿਆ ਸਾਡੇ ਕੋਲ ਅ x 700 ਦੀ ਆਪਸੇ ਵੀ ਤੁਸੀਂ ਗੁਣਾ ਵੀ ਕਰ ਸਕਦੇ ਹੋ ਆਪਾਂ ਇੱਧਰ ਕਰ ਲੈਨੇ ਆ ਤਾਂ ਉੱਪਰ x ਦੀ ਇੱਕ ਨਾਲ ਤਾਂ ਗੁਣਾ ਕਰੋਗੇ ਇੱਕ ਨਾਲ ਤਾਂ x ਹੀ ਰਹਿ ਜੂਗਾ ਉਹ 100 ਦੀ 7 ਨਾਲ ਗੁਣਾ ਕਰੋਗੇ ਦੇਖੋ 700 ਬਣ ਜੂਗਾ ਇਹਨੂੰ ਪਹਿਲਾਂ ਇਦਾਂ ਵੀ ਤੁਸੀਂ ਗੁਣਾ ਕਰ ਸਕਦੇ ਹੋ 2 2/35 ਇਸ ਤਰੀਕੇ ਨਾਲ ਤੁਸੀਂ ਜਾ ਸਕਦੇ ਹੋ ਇਸ ਤੋਂ ਬਾਅਦ ਆਪਾਂ ਐਕਸ ਦਾ ਮੂਲ ਕੱਢਣਾ ਦੇਖੋ ਐਕਸ ਬਰਾਬਰ 2/35 ਇੱਥੇ ਉਹੀ ਸਮੀਕਰਨ ਆਪਣੀ ਅਪਲਾਈ ਹੋਣੀ ਹੈ ਜੀ ਸਮੀਕਰਨ ਆਪਣੀ ਅਪਲਾਈ ਹੋਣੀ ਹੈ ਇਕੁਅਲ ਟੂ 2/35 ਗੁਣਾ ਉਸ ਤੋਂ ਬਾਅਦ ਤੁਸੀਂ ਅ ਗੁਣਾ ਕਰਕੇ ਜੋ 700 ਹੈ ਦੇਖੋ ਅ 700 ਜਿਹੜਾ ਹੈਗਾ ਉਹ ਭਾਗ ਦੇ ਵਿੱਚ ਹੈ ਜਦੋਂ ਖੱਬੇ ਪਾਸੇ ਹੈ ਇਹ ਵਾਲਾ 700 ਭਾਗ ਦੇ ਵਿੱਚ ਹੈ ਆਪਾਂ ਸਮੀਕਰਨ ਚ ਪੜਿਆ ਸੀ ਜਦੋਂ ਇਹ ਬਰਾਬਰ ਦੇ ਸੱਜੇ ਪਾਸੇ ਆ ਜਾਊਗਾ ਤਾਂ ਜੇ ਪਹਿਲਾ ਭਾਗ ਦਾ ਖੱਬੇ ਪਾਸੇ ਤਾਂ ਗੁਣਾ ਦਾ ਹੋ ਜੂਗਾ ਤਾਂ ਇਹਨੂੰ ਆਪਾਂ ਗੁਣਾ ਦਾ ਕਰ ਲੈਣਾ ਜਿਸ ਤਰੀਕੇ ਨਾਲ ਸੋ ਉਸ ਤੋਂ ਬਾਅਦ ਦੇਖੋ ਇਹਨੂੰ ਕੈਨਸਲ ਆਊਟ ਕਰੋ 35 ਦੂਣਾ 70 ਹੁੰਦੇ ਨੇ ਆਪਾਂ ਨੂੰ ਪਤਾ ਹੈ ਦੇਖੋ 35 ਦੂਣਾ 70 70 ਤੱਕ ਤਾਂ ਮੈਂ ਦੋ ਲਿਖਤਾ ਨਾਲ ਇੱਕ ਜ਼ੀਰੋ ਵੀ ਸੀ ਜੋ ਕਿ ਮੈਂ ਨਾਲ ਲਾ ਲੂੰਗਾ ਉੱਪਰ ਦੋ ਦੇ ਹੁਣ ਦੇਖੋ ਆਪਣੇ ਕੋਲ ਕਿੰਨਾ ਬਚਿਆ ਹੁਣ ਮੇਰੇ ਕੋਲ ਜੀ ਬਚਿਆ x ਬਰਾਬਰ x ਬਰਾਬਰ 2 b ਸੋ 2 b ਜਦੋਂ b ਦੀ ਦੋ ਨਾਲ ਗੁਣਾ ਕਰੋਗੇ ਤਾਂ ਬਣ ਜੂਗਾ 40 ਸੋ ਜੋ x ਸੀ ਮਤਲਬ x ਕਿੰਨਾ ਆ ਗਿਆ ਆਪਣੇ ਕੋਲ x ਆ ਗਿਆ ਜੀ 40% ਸੋ 1/7 ਦਾ ਕਿੰਨੇ ਪਰਸੈਂਟ 2/35 ਹੈ ਤਾਂ 1/7 ਦਾ 40% 2/35 ਹੈ ਇਸ ਤਰੀਕੇ ਨਾਲ ਬਹੁਤੇ ਆਪਾਂ ਇਹ ਗਲਤੀ ਕਰਦੇ ਆਂ ਕਿ x ਦੇ ਨਾਲ ਇੱਥੇ ਪਰਸੈਂਟੇਜ ਨਹੀਂ ਲਾਉਂਦੇ ਠੀਕ ਹੈ ਜਦੋਂ ਪਰਸੈਂਟੇਜ ਨਾਲਾਈ ਤਾਂ /100 ਹੋਣਾ ਨਹੀਂ ਤੇ ਪੂਰੀ ਦੀ ਪੂਰੀ ਕੈਲਕੂਲੇਸ਼ਨ ਜਿਹੜੀ ਆਪਣੀ ਉਹ ਗੜਬੜ ਹੋ ਜਾਊਗੀ ਤੇ ਆਪਣਾ ਕਿਸੇ ਵੀ MCQ ਦੇ ਵਿੱਚੋਂ ਜੋ ਆਪਸ਼ਨ ਹੈ ਆਪਣੀ ਕੋਈ ਵੀ ਮੈਚ ਨਹੀਂ ਹੋਣੀ ਠੀਕ ਹੈ ਤੇ ਇਹਦੇ ਨਾਲ ਸਾਡਾ ਪੇਪਰ ਦੇ ਵਿੱਚ ਵੀ ਕਈ ਵਾਰ ਕਾਫੀ ਟਾਈਮ ਖਰਾਬ ਹੋ ਜਾਂਦਾ ਸੋ ਐਕਸ ਦੇ ਨਾਲ ਜਿਹੜੀ ਪਰਸੈਂਟੇਜ ਹੈ ਉਹ ਤੁਸੀਂ ਜ਼ਰੂਰ ਲਾਉਣੀ ਹੈ ਤੇ ਉਸ ਤੋਂ ਬਾਅਦ ਲੇਟਰ ਔਨ ਜਿੰਨਾ ਵੀ ਐਕਸ ਦਾ ਮੁੱਲ ਆਇਆ ਉਹਨੇ ਪਰਸੈਂਟ 1/7 ਦਾ 2/35 ਹੋਵੇਗਾ ਸੋ ਆਈ ਹੋਪ ਕਿ ਤੁਹਾਨੂੰ ਸਵਾਲ ਸਮਝ ਆ ਗਏ ਹੋਣਗੇ ਹੁਣ ਬਸ ਅੱਪ ਸਿਰਫ ਦੋ ਸਵਾਲ ਹੋਰ ਕਰਾਂਗੇ ਕਿਉਂਕਿ ਇਦਾਂ ਦਾ ਜਿੰਨੇ ਮਰਜ਼ੀ ਆਪਾਂ ਜਿਹੜੇ ਸਾਵੇਂ ਉਹ ਕਰ ਸਕਦੇ ਆ ਬਟ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਹਰ ਇੱਕ ਟਾਈਪ ਦਾ ਜਿਹੜਾ ਤੁਹਾਨੂੰ ਆ ਸਾਵੇਂ ਉਹ ਕਰਵਾਇਆ ਜਾਵੇ ਤਾਂ ਕਿ ਤੁਹਾਡੀ ਵੱਧ ਤੋਂ ਵੱਧ ਪ੍ਰੈਕਟਿਸ ਹੋ ਸਕੇ ਅਤੇ ਪੇਪਰ ਦੇ ਵਿੱਚ ਇਦਾਂ ਨਾ ਹੋਵੇ ਅ ਕਿ ਆਪਣੇ ਕਿਰਾਏ ਦੇ ਵਿੱਚੋਂ ਹੀ ਜਿਹੜੇ ਵੀ ਸਾਮ ਆਪਾਂ ਨੂੰ ਆਉਣ ਉਹ ਕਿਰਾਏ ਦੇ ਵਿੱਚੋਂ ਹੀ ਆਉਣ ਪੇਪਰ ਦੇ ਵਿੱਚ ਹਾਂਜੀ ਲਾਸਟ ਦੋ ਆਪਾਂ ਜਿਹੜੇ ਸਵਾਲ ਨੇ ਉਹ ਕਰਦੇ ਹਾਂ ਪੇਪਰ ਵਾਲੇ ਆਪਣੇ ਪੇਪਰ 1 ਵਾਲੇ ਪੀਐਸਟੈਟ ਦੇ ਸੋ ਇਹਦੇ ਵਿੱਚ 54ਵੇਂ ਸਵਾਲ ਦੇ ਵਿੱਚ ਦੇਖੋ ਕੀ ਹੈ ਇੱਕ ਡਿਨਰ ਪਾਰਟੀ ਵਿੱਚ ਕਹਿੰਦੇ 24% ਮਹਿਮਾਨ ਸ਼ਾਕਾਹਾਰੀ ਹਨ 24% ਜਿਹੜੇ ਮਹਿਮਾਨ ਨੇ ਸ਼ਾਕਾਹਾਰੀ ਨੇ ਵੈਜੀਟੇਰੀਅਨ ਨੇ ਅਤੇ ਬਾਕੀ ਮਾਸਾਹਾਰੀ ਹਨ ਅਤੇ ਜੇਕਰ ਡਿਨਰ ਤੇ 800 ਮਹਿਮਾਨ ਹਨ ਤਾਂ ਮਾਸਾਹਾਰੀਆਂ ਦੀ ਸੰਖਿਆ ਪਤਾ ਕਰੋ ਠੀਕ ਹੈ ਕਿ ਕਿੰਨੀ ਹੋਏਗੀ ਜੀ 608 ਹੋਏਗੀ 600 ਹੋਏਗੀ 706 ਹੋਏਗੀ 624 ਹੋਏਗੀ ਸੋ ਇਹ ਆਪਾਂ ਕੱਢਣਾ ਦੇਖੋ ਸ਼ਿਰ ਤੋਂ ਸ਼ਾਬਦਿਕ ਸਵਾਲ ਨੇ ਦੋਨੋਂ ਹੀ ਇਹ ਕਿਉਂਕਿ ਇਹ ਸਵਾਲ ਥੋੜੇ ਜੇ ਟਫ ਹੁੰਦੇ ਨੇ ਅਗਰ ਅਸੀਂ ਸਾਡਾ ਬੇਸਿਕ ਕਨਸੈਪਟ ਦੇਖੋ ਕਲੀਅਰ ਹੈ ਫਿਰ ਤਾਂ ਇਹ ਵੀ ਸੌਖੇ ਨੇ ਅਗਰ ਬੇਸਿਕ ਕਨਸੈਪਟ ਨਹੀਂ ਕਲੀਅਰ ਆਪਣਾ ਤੇ ਸਵਾਲ ਜਿਹੜੇ ਹੈਗੇ ਨੇ ਸ਼ਾਬਦਿਕ ਸਵਾਲ ਜਿਹੜੇ ਹੈਗੇ ਨੇ ਸਟੇਟਮੈਂਟ ਵਾਲੇ ਸਵਾਲ ਜਿਹੜੇ ਹੈਗੇ ਨੇ ਥੋੜੇ ਜੇ ਟਫ ਮੰਨੇ ਜਾਂਦੇ ਨੇ ਪਰ ਆਪਾਂ ਸਾਰਾ ਕੁਝ ਸਮਝ ਲਿਆ ਹੁਣ ਤਾਂ ਆਪਾਂ ਨੂੰ ਸੌਖਾ ਲੱਗੂਗਾ ਸੋ ਸ਼ਾਕਾਹਾਰੀ ਮਹਿਮਾਨ ਕਿੰਨੇ ਨੇ ਜੀ 24% ਨੇ ਸ਼ਾਕਾਹਾਰੀ ਮਹਿਮਾਨ ਆਪਣੇ ਹੋਗੇ ਅ ਇਸ ਕੇਸ ਦੇ ਵਿੱਚ 24% ਅਗਰ ਆਪਾਂ ਮਾਸਾਹਾਰੀ ਦੇਖੋ ਕੱਢਨੇ ਹੁਣ ਇਸ ਕੇਸ ਦੇ ਵਿੱਚੋਂ ਤਾਂ ਮਾਸਾਹਾਰੀ ਕਿੰਨੇ ਹੋਗੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਪਰਸੈਂਟੇਜ ਹਮੇਸ਼ਾ 100 ਦੇ ਵਿੱਚੋਂ ਨਿਕਲਦੀ ਹੈ ਜੀ ਅਗਰ ਆਪਣੇ ਸ਼ਾਕਾਹਾਰੀ 24% ਨੇ ਤਾਂ 100 ਦੇ ਵਿੱਚੋਂ ਜੇ 24 ਘਟਾਓਗੇ ਤਾਂ ਮਾਸਾਹਾਰੀ ਕਿੰਨੇ ਹੋ ਜਾਣਗੇ 76% ਹੁਣ ਕੁੱਲ ਮਹਿਮਾਨ ਹੈਗੇ ਨੇ ਆਪਣੇ 800 ਕੁੱਲ ਮਹਿਮਾਨ ਹੈਗੇ ਨੇ 800 ਇਹਦਾ ਮਤਲਬ 800 ਦਾ 800 ਦਾ 76% 800 ਦਾ 76% ਕਿਹੜੇ ਨੇ ਮਾਸਾਹਾਰੀ ਨੇ ਤੇ ਇਹਨਾਂ ਨੇ ਇਹੀ ਤਾਂ ਪੁੱਛਿਆ ਕਿ ਮਾਸਾਹਾਰੀ ਦੀ ਸੰਖਿਆ ਦੱਸਣੀ ਆਪਾਂ ਸੋ ਆਪਾਂ ਕੁੱਲ ਮਹਿਮਾਨਾਂ ਦਾ 76% ਕੱਢ ਲੈਣੇ ਆਂ ਤੇ ਮਾਸਾਹਾਰੀ ਆਪਣੇ ਕੋਲ ਆ ਜਾਣਗੇ ਸੋ 800 ਗੁਣਾ ਉਸ ਤੋਂ ਬਾਅਦ ਜਸਟ ਅ ਮਿੰਟ 800 ਮਲਟੀਪਲਾਈ 76 ਠੀਕ ਹੈ ਜੀ ਡਿਵਾਈਡਡ ਬਾਈ 100 ਇਸ ਤਰੀਕੇ ਨਾਲ ਕਰ ਦੇਣਾ ਇੱਥੇ ਬਿਲਕੁਲ ਸੌਖਾ ਹੈ ਕਿਉਂਕਿ ਆ ਦੋ ਜ਼ੀਰੋਆਂ ਦੇ ਨਾਲ ਆ ਦੋ ਜ਼ੀਰੋਆਂ ਕੈਨਸਲ ਹੋ ਗਈਆਂ ਸੋ ਦੋ ਜ਼ੀਰੋਆਂ ਦੇ ਨਾਲ ਦੋ ਜ਼ੀਰੋਆਂ ਕੈਨਸਲ ਹੋ ਗਈਆਂ ਤੁਸੀਂ ਸਿਰਫ 76 ਦੀ 8 ਨਾਲ ਗੁਣਾ ਕਰਨੀ ਆ ਨਥਿੰਗ ਐਲਸ 8 6 48 ਚਾਰ ਹੱਥ ਲਾ ਜਾਣਗੇ ਜੀ 8 7 56 ਤੇ 4 6 24 ਕਿੰਨੇ ਬਣ ਗਏ 608 ਬਣ ਗਏ ਤੁਹਾਡੇ ਸਮਾਹਾਰੀ ਕਿੰਨੇ ਬਣ ਗਏ 608 ਜੇ ਸ਼ਾਕਾਹਾਰੀ ਪੁੱਛੇ ਹੁੰਦੇ ਤਾਂ 800 ਦੇ ਵਿੱਚੋਂ ਨੂੰ ਘਟਾ ਦਿਓ ਠੀਕ ਹੈ ਫਿਰ ਵੀ ਕੰਮ ਸੌਖੀ ਹੈ ਆਪਣਾ ਸੋ ਇੱਥੇ ਰਾਈਟ ਆਪਸ਼ਨ ਕੀ ਹੈ ਆਪਣਾ ਏ ਆਪਸ਼ਨ ਆਊਗੀ 608 ਮਾਸਾਹਾਰੀ ਨੇ ਲਾਸਟ ਕੁਐਸਚਨ ਆਪਣਾ ਜੇਕਰ ਇੱਕ ਜਮਾਤ ਦਾ 5/8 ਹਿੱਸਾ ਵਿਦਿਆਰਥੀਆਂ ਨਾਲ ਭਰਿਆ ਹੋਇਆ ਹੈ ਤਾਂ ਜਮਾਤ ਕਿੰਨੇ ਪ੍ਰਤੀਸ਼ਤ ਭਰੀ ਹੋਈ ਹੈ ਜਮਾਤ ਦਾ ਕਿੰਨਾ ਹਿੱਸਾ ਵਿਦਿਆਰਥੀਆਂ ਨਾਲ ਭਰਿਆ ਹੋਇਆ ਹੈ 5/8 ਸਿੱਧਾ ਦੇ ਰੱਖਿਆ 5/8 ਹਿੱਸਾ ਠੀਕ ਹੈ ਅਗਰ ਟੋਟਲ 8 파ਟ ਨੇ ਤਾਂ ਉਹਦੇ ਵਿੱਚ 5 ਵਿਦਿਆਰਥੀਆਂ ਨੇ ਭਰਿਆ ਹੋਇਆ ਬਾਕੀ ਖਾਲੀ ਹੈ ਛਾਇ ਅੰਕਿਤ ਵਰਗੀ ਹੈ ਤਾਂ ਕਿੰਨਾ ਵਿਦਿਆਰਥੀਆਂ ਨੇ ਭਰਿਆ ਹੋਇਆ 5/8 ਨੂੰ ਤੁਸੀਂ 100 ਨਾਲ ਗੁਣਾ ਕਰਨੀ ਹੈ ਨਾਥਿੰਗ ਐਲਸ ਕੁਝ ਨਹੀਂ ਕਰਨਾ ਜਿਵੇਂ 4 ਦੇ ਟੇਬਲ ਤੇ ਕੱਟ ਦਿਓ 4 ਦੋਣੀ 8 ਠੀਕ ਹੈ ਜੀ ਤੇ 25 ਚੌਕਾ 100 ਬਿਲਕੁਲ ਸੇਮ ਆਜੂ ਮੇਬੀ ਆਪਾਂ 5/8 ਵਾਲੀ ਇੱਕ ਭਿੰਨ ਵੀ ਕੀਤੀ ਹੋਈ ਹੈ ਤੁਹਾਨੂੰ ਯਾਦ ਹੋਵੇ ਤਾਂ ਸੋ ਇਹ ਬਣ ਗਿਆ ਆਪਣਾ 25 5 125 ਬਣ ਗਿਆ ਜੀ 25 5 125 2 ਸੋ ਐਨੇ ਪਰਸੈਂਟ ਆ ਗਿਆ ਹੁਣ ਇਹ ਤਾਂ ਆਪਣੇ ਕੋਲੇ ਆਪਸ਼ਨ ਹੈ ਨਹੀਂ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਰਵਾਈਏ 125/2 ਵਾਲੇ ਫਿਰ ਤੁਸੀਂ 125 ਨੂੰ 2 ਨਾਲ ਭਾਗ ਕਰਨਾ ਤੇ ਮੈਨੂੰ ਤੁਸੀਂ ਖੁਦ ਕਮੈਂਟ ਬਾਕਸ ਵਿੱਚ ਦੱਸੋਗੇ ਕਿ 125 ਨੂੰ 2 ਨਾਲ ਭਾਗ ਕਰਨ ਤੇ ਕਿਹੜੀ ਆਪਸ਼ਨ ਇੱਥੇ ਆਪਣਾ ਸਹੀ ਆਨਸਰ ਹੋਏਗਾ A ਹੋਏਗਾ B ਹੋਏਗਾ C ਜਾਂ D ਕਿਉਂਕਿ 5/8 ਵਾਲੀ ਭਿੰਨ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਸੋ ਹੋਪਫੁਲੀ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਤੁਹਾਨੂੰ ਕੁਝ ਸਮਝ ਆਇਆ ਹੋਣਾ ਪਰਸੈਂਟੇਜ ਦਾ ਬੜਾ ਹੀ ਇੰਪੋਰਟੈਂਟ ਟਾਪਿਕ ਹੈਗਾ ਜੋ ਅਗਰ ਤੁਹਾਨੂੰ ਕਲਾਸ ਵਧੀਆ ਲੱਗੀ ਕੋਈ 유ਸਫੁਲ ਤੁਹਾਨੂੰ ਮਿਲਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਅਤੇ ਆਪਣੇ ਇਸ ਫ੍ਰੀ ਐਜੂਕੇਸ਼ਨ ਨੂੰ ਵੱਧ ਤੋਂ ਵੱਧ ਆ ਸਟੂਡੈਂਟਸ ਦੇ ਨਾਲ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਬੱਚੇ ਇਸ ਫ੍ਰੀ ਐਜੂਕੇਸ਼ਨ ਦਾ ਲਾਹਾ ਲੈ ਸਕਣ ਅਤੇ ਉਹਨਾਂ ਦੀ ਇੱਕ ਜੋ ਪੌੜੀ ਹੈ ਪੀਐਸਟ ਦਾ ਪੇਪਰ ਕਲੀਅਰ ਕਰਕੇ ਅਗੇ ਸਕਰੀਨਿੰਗ ਦੀ ਤਿਆਰੀ ਦੀ ਉਹ ਆਪਣੀ ਇੱਕ ਪੌੜੀ ਜਿਹੜੀ ਹੈ ਟੀਚਰ ਬਣਦੇ ਸਫਰ ਦੇ ਵਿੱਚ ਉਹ ਇੱਕ ਪੌੜੀ ਆਪਣੀ ਚੜ ਜਾਣ ਪੇਪਰ ਕਲੀਅਰ ਕਰਕੇ ਸੋ ਦੈਟਸ ਆਲ ਫॉर ਟੁਡੇ ਸੋ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਫॉर ਵਾਚਿੰਗ